ਜੀ ਬਿਲਕੁਲ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸਰਬਜੀਤ ਚੀਮਾ ਤੇ ਉਹਨਾਂ ਦਾ ਬੇਟਾ ਗੁਰਵਰ ਚੀਮਾ ਉਹਨਾਂ ਦਾ ਸਵਾਗਤ ਕਰਦੇ ਆ ਸਰਬਜੀਤ ਭਾਜੀ ਬਹੁਤ ਬਹੁਤ ਸਵਾਗਤ ਰੋਸ਼ਨੀ ਪ੍ਰੋਗਰਾਮ ਵਿੱਚ ਬਹੁਤ ਬਹੁਤ ਮਿਹਰਬਾਨੀ ਜੀ ਮੇਰੇ ਵੱਲੋਂ ਵੀ ਜੈਸਮੀਤ ਜੀ ਤੁਹਾਨੂੰ ਤੁਹਾਡੀ ਸਮੁੱਚੀ ਟੀਮ ਨੂੰ ਸਾਡੇ ਸਾਰੇ ਸਰੋਤਿਆਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਗੁਰਵਰ ਵੈਲਕਮ ਟੂ ਦ ਸ਼ੋਅ ਥੈਂਕ ਯੂ ਸੋ ਮਚੀ ਮੇਰੇ ਵੱਲੋਂ ਸਾਰੇ ਲਿਸਨਰਸ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਂ ਸ਼ੁਰੂਆਤ ਭਾਜੀ ਤੁਹਾਡੇ ਤੋਂ ਕਰਨਾ ਚਾਹੁੰਦੀ ਆ ਜੀ 2003 ਦੇ ਵਿੱਚ ਇਹ ਗੀਤ ਰਿਲੀ ਤੇ ਬਹੁਤ ਜਿਵੇਂ ਕਹਾਂ ਕਿ ਦੁਨੀਆ ਦੇ ਵਿੱਚ ਮਕਬੂਲ ਹੋਇਆ ਸੀ ਔਰ ਉਸ ਟਾਈਮ ਮੈਨੂੰ ਯਾਦ ਆ ਅਸੀਂ ਛੋਟੇ ਛੋਟੇ ਸੀ ਤੇ ਈਟੀਸੀ ਚੈਨਲ ਦੇ ਉੱਤੇ ਜਿਹੜੇ ਟਾਪ 10 ਲਿਸਟ ਆਉਂਦੀ ਹੁੰਦੀ ਸੀ ਉਹਦੇ 'ਚ ਇਹ ਗੀਤ ਜਿਹੜਾ ਸੀ ਟਾਪ ਤੇ ਹੁੰਦਾ ਸੀਗਾ ਜੀ ਹੁਣ ਆਈ ਥਿੰਕ 18 ਸਾਲ ਹੋ ਚੁੱਕੇ ਨੇ ਤੁਸੀਂ ਦੁਬਾਰਾ ਹੁਣ ਗੁਰਵਰ ਦੇ ਨਾਲ ਇਹ ਗੀਤ ਗਾਇਆ ਪਹਿਲਾਂ ਤਾਂ ਇਹ ਖਿਆਲ ਕਿੱਦਾਂ ਆਇਆ ਸਾਡੇ ਸਰੋਤਿਆਂ ਨਾਲ ਥੋੜਾ ਜਿਹਾ ਇਹ ਸਾਂਝਾ ਕਰ ਅ ਖਿਆਲ ਕੋਈ ਪਹਿਲਾਂ ਤੇ ਪਲੈਨਿੰਗ ਹੈ ਨਹੀਂ ਸੀ ਗੁਰਵਰਦੂ ਨਾਲ ਕਰਨ ਦੀ ਜੀ ਇਦਾਂ ਜ਼ਰੂਰ ਸੀ ਕਿ ਇਹਨੂੰ ਦੁਬਾਰਾ ਗੀਤ ਨੂੰ ਬਣਾਇਆ ਜਾਵੇ ਜਾਂ ਕਿਸੇ ਫਿਲਮ ਦੇ ਵਿੱਚ ਆ ਜਾਏ ਇਹਦਾ ਦਾਇਰਾ ਹੋਰ ਵੱਡਾ ਹੋ ਜਾਏ ਤੇ ਕਿ ਦੁਬਾਰਾ ਫੇਰੇਦਾਰੀ ਰੀਬਰਥ ਹੋ ਜਾਏ ਹਾਲੇ ਸਟਿਲ ਹਿੱਟ ਹੈ ਬਟ ਫਿਰ ਵੀ ਨਵੀਂ ਜਨਰੇਸ਼ਨ ਆ ਗਈ 20 ਸਾਲ ਦਾ 18 ਸਾਲ ਦਾ ਗੈਪ ਬਹੁਤ ਜ਼ਿਆਦਾ ਹੁੰਦਾ ਤੇ ਹੁਣ ਅਸੀਂ ਕਿਸਾਨ ਅੰਦੋਲਨ ਤੇ ਮੈਂ ਗਿਆ ਸੀਗਾ ਜੀ ਦਸੰਬਰ ਦੇ ਵਿੱਚ ਬੀ ਇੰਡੀਆ ਮੇਰਾ ਦਿਲ ਕੀਤਾ ਕਿਵੇਂ ਜਾ ਕੇ ਆਵਾਂ ਸਾਨੂੰ ਹਾਜੀ ਲਾਉਣੀ ਚਾਹੀਦੀ ਆ ਤੇ ਮੇਰੇ ਮਗਰੀ ਗੁਰਬਰ ਨੇ ਮੈਨੂੰ 2 ਹਫ਼ਤੇ ਬਾਅਦ ਕਹਿੰਦਾ ਵੀ ਡੈਡੀ ਮੇਰਾ ਵੀ ਦਿਲ ਕਰਦਾ ਵੀ ਮੈਂ ਵੀ ਆਵਾਂ ਜੀ ਵੀ ਇੱਥੇ ਮੈਨੂੰ ਵੀ ਦਿਲ ਕਰਦਾ ਅੰਦੋਲਨ ਦੇ ਵਿੱਚ ਆਉਣ ਨੂੰ ਇਹ ਗਿਆ ਤੇ ਅਸੀਂ ਉੱਥੇ ਆਉਣ ਜਾਣ ਕਰਦੇ ਰਹੇ ਦਿੱਲੀ ਸਟੇ ਕਰ ਜਾਣਾ ਘਰੇ ਆ ਜਾਣਾ ਤੇ ਉੱਥੇ ਗਿਆ ਦਾ ਦਿਲ ਕਰਿਆ ਮਤਲਬ ਏਦਾਂ ਥੋੜਾ ਮਾਈਂਡ ਦੇ ਵਿੱਚ ਆਇਆ ਕਿ ਰੰਗ ਗਾਣਾ ਅਸੀਂ ਹੋਰ ਗੀਤਾਂ ਬਾਰੇ ਵੀ ਨਾਲ ਦੀ ਨਾਲ ਸੋਚਦੇ ਰਹਿੰਦੇ ਹਾਂ ਸਾਡਾ ਹੁਣ ਪ੍ਰੋਫੈਸ਼ਨ ਇਹ ਹੈ ਜੀ ਮੈਂ ਆਪਣੇ ਪਰਸਨਲ ਗੀਤ ਇਹਨਾਂ ਦੇ ਗੀਤ ਗੁਰਬਰ ਹੋਣਾ ਦੇ ਬੀਅਰ ਕਰੀਏ ਆ ਬਣਾ ਲਈਏ ਐਦਾ ਬਣਾਈ ਐਦਾ ਸੋਚਦਿਆਂ ਕਰਦੇ ਆ ਇਹ ਆਈਡੀਆ ਆ ਗਿਆ ਕਿ ਰੰਗ ਗੀਤ ਆਪਾਂ ਦੁਬਾਰਾ ਕਰਨਾ ਚਾਹੁੰਦੇ ਆ ਆਪਾਂ ਉਹਨੂੰ ਡੁਇਟ ਕਿਉਂ ਨਾ ਕਰ ਲਈਏ ਸੀ ਅੱਛਾ ਦੋਨੋਂ ਕਰ ਲਈਏ ਜੀ 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 ਇਸੇ ਤਰ੍ਹਾਂ ਹੀ ਕਰਕੇ ਸਾਡਾ ਫੇਕ ਮੀਟਿੰਗ ਹੋਈ ਉੱਥੇ ਉਲੂ ਮਨਾਤੀ ਨਾਂ ਦੀ ਕੰਪਨੀ ਦੇ ਅਰੋਪ ਕੁਮਾਰ ਜੀ ਹੈਗੇ ਉਹਨਾਂ ਨਾਲ ਮੀਟਿੰਗ ਹੋਈ ਗੱਲਬਾਤ ਹੋਈ ਤੇ ਇਸ ਗਾਣੇ ਨੂੰ ਫਿਰ ਬਣਾ ਕੇ ਦੇਖਿਆ ਗਿਆ ਵੀ ਕਿਵੇਂ ਦਾ ਬਣਦਾ ਅੱਛਾ ਤਾਂ ਫਿਰ ਕਈ ਤਰੀਕਿਆਂ ਦੇ ਨਾਲ ਇਹ ਤੇ ਕੰਮ ਹੋਇਆ ਫਾਈਨਲੀ ਇਹ ਜਿਹੜਾ ਹੁਣ ਫਿਰ ਜਿਸ ਤਰੀਕੇ ਨਾਲ ਅਸੀਂ ਬਣਾਇਆ ਰੀਲੋਡਡ ਰੀਲੋਡਡ ਹਾਂਜੀ ਤੇ ਇਹਦੇ ਵਿੱਚ ਨਵੇਂ ਜਿਹੜੇ ਲਿਰਿਕਸ ਉਹ ਐਡ ਕੀਤੇ ਗੁਰਪਰ ਨੇ ਬਿਲਕੁਲ ਲੋ ਸਕੇਲ ਤੇ ਗਾਇਆ ਥੱਲੇ ਬੜੇ ਸਬ ਤੱਕ ਤੇ ਗਾਇਆ ਸਾ ਟੂ ਸਾ ਓਕੇ ਫਿਰ ਉੱਚੀਆਂ ਲਾਈਨਾਂ ਵੀ ਮੇਰੇ ਨਾਲ ਇਹਨੇ ਗਾਈਆਂ ਹਾਂ ਤਿਉ ਜਦੋਂ ਫਿਰ ਅਸੀਂ ਬਣ ਕੇ ਗਾਣਾ ਸਾਹਮਣੇ ਆਇਆ ਤੇ ਸਾਨੂੰ ਲੱਗਿਆ ਵੀ ਇਹ ਠੀਕ ਹੈ ਇਹ ਵਰਕ ਕਰੇਗਾ ਜੀ 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 ਗੁਰਵਰ ਤੁਸੀਂ ਉਦੋਂ ਕਿਹੜੀ ਕਲਾਸ ਸੀ ਜਦੋਂ ਪਹਿਲਾਂ ਇਹ ਆਇਆ ਸੀਗਾ Song ਪ੍ਰਾਇਮਰੀ ਸਕੂਲ ਜਾਉਂਗੇ ਮੈਂ ਉਦੋਂ ਇੰਡੀਆ ਦੇ ਵਿੱਚ ਸਕੂਲ اٹੈਂਡ ਕਰ ਰਿਹਾ ਸੀਗਾ ਜੀ ਮੈਨੂੰ ਲੱਗਦਾ ਸ਼ਾਇਦ ਮੈਂ ਦੂਜੀ ਜਾਂ ਤੀਜੀ ਕਲਾਸ ਦੇ ਵਿੱਚ ਹੋਣਾ ਹੂੰ ਉਮ ਤੁਸੀਂ ਇੱਕ ਚੀਜ਼ ਮੈਂਸ਼ਨ ਕੀਤੀ ਜਿੱਦਾਂ ਈਟੀਸੀ ਦੀ ਟੌਪ 10 ਲਿਸਟ ਤੇ ਗਾਣਾ ਸੀਗਾ ਬਹੁਤ ਚਰਲੀ ਉਹੀ ਇੱਕ ਮੈਮਰੀ ਇਸ ਗਾਣੇ ਦੀ ਮੇਰੇ ਨਾਲ ਸਟਕ ਆ ਮੈਂ ਆਪਣੇ ਰੀਸੈਂਟ ਪੋਸਟ ਦੇ ਵਿੱਚ ਵੀ ਮੈਂਸ਼ਨ ਕੀਤਾ ਸੀਗਾ ਉਮ ਉਸ ਟਾਈਮ ਦੇ ਵਿੱਚ ਮੈਨੂੰ ਯਾਦ ਆ ਕਿ ਮੈਂ ਦੂਜੀ ਜਤੀਜੀ ਹੋਣਾ ਤੇ ਉਦੋਂ ਇਹ ਗਾਣਾ ਰਿਲੀਜ਼ ਹੋਇਆ ਸੀਗਾ ਸੋ ਉਦੋਂ ਕਦੇ ਤਾਂ ਇਹ ਖਿਆਲ ਵੀ ਨਹੀਂ ਆਇਆ ਹੋਣਾ ਕਿਉਂਕਿ ਬੱਚੇ ਸੀ ਤੁਸੀਂ ਉਦੋਂ ਹੈਨਾ ਕਿ ਮੈਂ 18 ਸਾਲ ਬਾਅਦ ਮੈਂ ਆਪਣੇ ਡੈਡ ਨਾਲ ਇਹ ਗਾਣਾ ਗਾਉਂਗਾ ਨਹੀਂ ਨੈਵਰ ਹਾਂਜੀ ਉਹ ਤਾਂ ਜਦ ਡੈਡ ਨੇ ਦੱਸਿਆ ਇਨਸਟੈਂਟਲੀ ਇਹ ਪਲਾਨ ਬਣ ਗਿਆ ਹ ਹੁਣ ਤੱਕ ਵੀ ਮੇਰਾ ਇਹ ਡ੍ਰੀਮ ਜਰੂਰ ਸੀਗਾ ਕਿ ਮੈਂ ਡੈਡ ਦੇ ਨਾਲ ਇੱਕ ਕੋਲਾਬੋਰੇਸ਼ਨ ਕਰਾਂ ਗਾਵਾ ਅਮ ਬਟ ਇਸ ਗਾਣੇ ਤੇ ਹੋਊਗੀ ਇਹ ਨਹੀਂ ਕਦੀ ਸੋਚਿਆ ਸੀਗਾ ਜੀ ਅੱਛਾ ਗੁਰਵਰ ਤੁਸੀਂ ਆਪ ਬਹੁਤ ਅੱਛਾ ਗਾਉਂਦੇ ਹੋ ਲੇਕਿਨ ਸਰਬਜੀਤ ਭਾਜੀ ਤਾਂ ਇੱਕ ਹੁਣ ਇੱਕ ਮੁਕਾਮ ਦੇ ਉੱਤੇ ਹੈਗੇ ਨੇ ਕੋਈ ਪ੍ਰੈਸ਼ਰ ਸੀਗਾ ਜਦੋਂ ਇਹ ਗਾਣਾ ਕਰ ਰਹੇ ਸੀ ਤੁਹਾਡੇ ਉੱਤੇ ਕਿ ਮੈਂ ਕੰਪੀਟ ਕਰ ਰਿਹਾ ਡੈਡ ਨਾਲ ਕਿ ਮੈਂ ਡੈਡ ਦੇ ਨਾਲ ਟੀਮ ਵਰਕ ਕਰ ਰਿਹਾ ਕੁਝ ਇਸ ਤਰ੍ਹਾਂ ਦਾ ਪ੍ਰੈਸ਼ਰ ਸੀ ਅ ਇਹ ਜਿਹੜਾ ਪ੍ਰੈਸ਼ਰ ਆ ਇਹ ਹਮੇਸ਼ਾ ਉੱਥੇ ਹੁੰਦਾ ਹੀ ਆ ਜੀ ਕਾਮ ਸਿਰਫ ਇਸ ਗਾਣੇ ਨੂੰ ਲੈ ਕੇ ਨਹੀਂ ਜੀ ਆਮ ਜਸਟ ਇਨ ਜਨਰਲ ਵੀ ਕਿਉਂਕਿ ਮੈਨੂੰ ਪਤਾ ਵੀ ਮੈਂ ਕੋਈ ਵੀ ਟਰੈਕ ਕਰੂੰਗਾ ਆਮ ਸਭ ਤੋਂ ਪਹਿਲਾਂ ਮੈਨੂੰ ਕੰਪੇਅਰ ਕੀਤਾ ਜਾਣਾ ਡੈਡ ਦੇ ਨਾਲ ਆਮ ਸੋ ਦਾ ਪ੍ਰੈਸ਼ਰ ਵਾਸ ਡੈਫੀਨਟਲੀ ਥੇਰ ਹਾਂ ਜੀ ਤੇ ਇਸ ਕਿੱਦਾਂ ਸਾਰਾ ਕੁਝ ਬੜਾ ਸਮੂਥਲੀ ਹੋ ਗਿਆ ਭਾਜੀ ਹਾਂ ਜੀ ਥੋੜਾ ਐਦਾ ਸੀਗਾ ਜੀ ਟੀ ਸੀਰੀਜ਼ ਦੀ ਪ੍ਰੋਡਕਸ਼ਨ ਸੀ ਇਹ ਪਹਿਲਾ ਗਾਣਾ ਉਹਨਾਂ ਨੂੰ ਅਸੀਂ ਉਹਨਾਂ ਦੀ ਪ੍ਰੋਡਕਸ਼ਨ ਸੀਗੀ ਜੀ ਉਹਨਾਂ ਦੇ ਰਾਈਟਸ ਉਹਨਾਂ ਦੇ ਕੋਲ ਸਕੇ ਤੇ ਉਹਨਾਂ ਨਾਲ ਚਲੋ ਸਾਨੂੰ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਆਈ ਪਰ ਜੋ ਵੀ ਫਾਰਮੈਲਿਟੀਜ਼ ਕਰਨੀਆਂ ਪੈਂਦੀਆਂ ਉਸੀ ਕੀਤੀ ਥੋੜਾ ਟਾਈਮ ਲੱਗਾ ਤੇ ਬਟ ਫਾਈਨਲੀ ਰਿਲੀਜ਼ ਹੋ ਗਿਆ ਔਰ ਵੱਡੇ ਚੈਨਲ ਤੇ ਉਹਨਾਂ ਨੇ ਜਿਹੜਾ ਉਹਨਾਂ ਦਾ T ਸੀਰੀਜ਼ ਤਾਂ ਮੇਨ ਚੈਨਲ ਹੈ ਇੰਟਰਨੈਸ਼ਨਲ ਚੈਨਲ T ਸੀਰੀਜ਼ ਦਾ ਉਹਦੇ ਉੱਪਰ ਰਿਲੀਜ਼ ਕੀਤਾ ਨਾ ਕਿ ਜਿਹੜਾ ਕੱਲੇ ਪੰਜਾਬ ਦਾ ਇੱਕ ਚੈਨਲ ਆ ਜੀ ਤੇ ਉਹਨਾਂ ਨੇ ਯੂਨੀਵਰਸਲ ਜਿਹੜਾ ਉਹਨਾਂ ਦਾ ਚੈਨਲ ਉਹਦੇ ਉੱਪਰ ਰਿਲੀਜ਼ ਕੀਤਾ ਔਰ ਬਹੁਤ ਅੱਛੇ ਤਰੀਕੇ ਨਾਲ ਰਿਲੀਜ਼ ਹੋਇਆ ਜੀ ਕਾ ਔਰ ਬੜੀ ਅੱਛੀ ਹੋਈ ਹੈ ਮੈਂ ਵੀ ਜਦੋਂ ਦੇਖਿਆ ਪਿਕਚਰਾਇਜ਼ੇਸ਼ਨ ਦੀ ਗੱਲ ਹੈ ਜਾਂ ਫਿਲਮਿੰਗ ਦੀ ఎవਰੀਥਿੰਗ ਇਜ਼ ਪਰਫੈਕਟ ਤੁਸੀਂ ਐਂਦਾ ਨਹੀਂ ਕਹਿ ਸਕਦੇ ਵੀ ਕੋਈ ਫਲੌ ਕੱਢ ਸਕਦੇ ਹੋ ਉਹਦੇ ਵਿੱਚੋਂ ਜੀ ਜੀ ਅੱਛ ਸਰਜੀ ਜੀ ਇਹ ਦੱਸੋ ਮੈਨੂੰ ਕਿ ਤੁਸੀਂ ਤੁਹਾਡਾ ਕੈਰੀਅਰ ਮੈਂ ਇਦਾਂ ਕਹਿ ਸਕਦੀਆਂ ਕਿ ਇੱਕ ਨਾ ਬੜੀ ਕਲੀਨ ਜੀ ਇਮੇਜ ਹੈ ਤੁਹਾਡੀ ਕੋਈ ਕੰਟਰੋਵਰਸੀ ਨਹੀਂ ਕੋਈ ਕੁਝ ਨਹੀਂ ਜਿਵੇਂ ਇੱਕ ਸੱਭਿਆਚਾਰ ਨੂੰ ਪਰਨਾਇਆ ਹੋਇਆ ਬੰਦਾ ਹੁੰਦਾ ਨਾ ਉਹ ਤੁਹਾਡੀ ਕਿਰਦਾਰ ਦੇ ਵਿੱਚੋਂ ਨਜ਼ਰ ਆਉਂਦਾ ਜਦੋਂ ਹੁਣ ਘਰ ਦੇ ਵਿੱਚ ਸ਼ੁਰੂ ਤੋਂ ਹੀ ਤੁਹਾਡੇ ਮਾਹੌਲ ਹੋਣਾ ਹੈ ਕਿ ਗੀਤ ਸੰਗੀਤ ਦਾ ਮਾਹੌਲ ਹੈ ਕੀ ਸ਼ੁਰੂ ਤੋਂ ਹੀ ਇਹ ਮਾਹੌਲ ਸੀ ਕਿ ਬੱਚਿਆਂ ਨੂੰ ਪਹਿਲਾਂ ਹੀ ਇਹ ਦੱਸਿਆ ਹੋਇਆ ਸੀ ਕਿ ਤੁਸੀਂ ਇਸੇ ਲਾਈਨ 'ਚ ਜਾਣਾ ਕਿ ਨਹੀਂ ਤੁਹਾਨੂੰ ਸੀਗਾ ਕਿ ਪਹਿਲਾਂ ਕੁਝ ਪੜ੍ਹ ਲਿਖ ਪੜ੍ਹ ਲਿਖ ਲੈਣ ਜਾਂ ਆਪਣੇ ਕੈਰੀਅਰ ਤੇ ਫੋਕਸ ਕਰ ਲੈਣ ਪਰ ਉਹਦੇ ਨਾਲ-ਨਾਲ ਜਿਹੜਾ ਹੈ ਐਕਟਿੰਗ ਸਿੰਗਿੰਗ ਇਹਨੂੰ ਕੈਰੀਅਰ ਵਜੋਂ ਸ਼ੁਰੂ ਤੋਂ ਗੁਰਵਰ ਜਿਹੜਾ ਸੀ ਉਹ ਤੁਹਾਡੇ ਨਾਲ-ਨਾਲ ਚੱਲੇ ਆ ਕਿ ਨਹੀਂ ਇਹ ਹੁਣੇ ਆ ਕੇ ਕਿਤੇ ਸ਼ੁਰੂਆਤ ਹੋਈ ਹੈ ਮੈਂ ਤੁਹਾਨੂੰ ਦੱਸਦਾ ਜੀ ਇਹ ਨਾਲ ਸਾਡਾ ਪ੍ਰੋਫੈਸ਼ਨ ਹੈ ਸਿੰਗਿੰਗ ਦਾ ਇਹ ਕੋਈ ਮਤਲਬ ਇਹਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਚਾਹੀਦੀ ਆ ਬਹੁਤ ਵੱਡਾ ਦੰਗਲ ਹੈ ਇੱਕ ਕਿਸਮ ਦਾ ਇਹ ਨਾ ਤੇ ਮੈਨੂੰ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਕੋਈ ਮੇਰੇ ਚੀਜ਼ ਜਦੋਂ ਇਹ ਦੋਨੋਂ ਇਹਨਾਂ ਦਾ ਜਨਮ ਹੋਇਆ ਗੁਰਵਰ ਦਾ ਫਿਰ ਸੁਖਮਨ ਦਾ ਤੇ ਮੇਰੇ ਚੀਜ਼ ਆਲ ਹਰ ਟਾਈਮ ਮੇਰੇ ਦਿਮਾਗ ਚ ਰਹਿੰਦੀ ਸੀ ਕਿ ਮੈਂ ਇਹਨਾਂ ਨੂੰ ਬਚਪਨ ਤੋਂ ਇਹ ਚੀਜ਼ ਸਿਖਾਉਂਦੀ ਕਿ ਤੁਸੀਂ ਇਸੇ ਲਾਈਨ 'ਚ ਆਉਣਾ ਤਾਂ ਫਿਰ ਕਿਉਂਕਿ ਜਿਹੜੀ ਐਜੂਕੇਸ਼ਨ ਹੈ ਪੜ੍ਹਾਈ ਇਹ ਬਹੁਤ ਜ਼ਰੂਰੀ ਹੈ ਜੀ ਇਹਨਾਂ ਦੇ ਵਿੱਚ ਨੇਚਰਲਿਟੀ ਦੋਨਾਂ ਦੇ ਵਿੱਚ ਹੀ ਸੀ ਸੁਖਮਨ ਦਾ ਜ਼ਿਆਦਾ ਇੰਟਰਸਟ ਬਹੁਤ ਜ਼ਿਆਦਾ ਬਾਸਕਟਬਾਲ ਦੇ ਵਿੱਚ ਸਪੋਰਟਸ ਦੇ ਵਿੱਚ ਸੀਗਾ ਇਹਦਾ ਵੀ ਸੀਗਾ ਬਟ ਇਹਦੇ ਵਿੱਚ ਨੇਚਰਲਿਟੀ ਜ਼ਿਆਦਾ ਸੀ ਗੁਰਵਰ ਦੇ ਵਿੱਚ ਤੇ ਮੈਂ ਇਹਨਾਂ ਨੂੰ ਦੋਨਾਂ ਨੂੰ ਫਿਰ ਤਰੀਕੇ ਦੇ ਨਾਲ ਹੀ ਮਤਲਬ ਇਹਨਾਂ ਨਾਲ ਮੈਂ ਕਿਤੇ ਬੋਲ ਕੇ ਗੱਲ ਕਲੀਅਰ ਨਹੀਂ ਕੀਤੀ ਕਿ ਤੁਸੀਂ ਰਿਆਜ਼ ਕਰੋ ਤੁਸੀਂ ਆਪਦਾ ਕਰਨਾ ਕੱਲ ਨੂੰ ਗਾਇਕੀ ਚਾਉਣਾ ਪੈ ਸਕਦਾ ਨੂੰ ਮੈਂ ਇਹਨਾਂ ਨੂੰ ਇੱਕ ਹੀ ਰੱਟ ਲਾਈ ਰੱਖੀ ਕਿ ਤੁਸੀਂ ਮੈਨੂੰ ਚਾਹੀਦਾ ਵੀ ਤੁਸੀਂ ਆਪਣੀ ਪੜ੍ਹਾਈ ਪੂਰੀ ਕਰੋ ਤੁਹਾਡੇ ਆਪਣੇ ਕੋਲ ਤੁਹਾਡੀ ਇੱਕ ਪ੍ਰਾਪਰਟੀ ਚਾਹੀਦੀ ਆ ਉਹ ਉਹ ਜ਼ਰੂਰੀ ਆ ਤੁਸੀਂ ਆਪਣੀ ਰੋਟੀ ਖਾਣ ਯੋਗ ਹੋਵੋ ਔਰ ਉਹ ਚੀਜ਼ ਮੈਨੂੰ ਬਹੁਤ ਫਿਕਰ ਰਿਹਾ ਸੀ ਇਹਨਾਂ ਨੇ ਫੇ ਹੌਲੀ 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 ਜਦੋਂ ਮੈਨੂੰ ਲੱਗਿਆ ਕਿ ਦੋਨੋਂ ਜਾਣੇ ਹੁਣ ਔਨ ਟ੍ਰੈਕ ਆ ਫਿਰ ਹੁਣ ਗੁਰੂਬਰ 4-5 ਸਾਲ ਤੋਂ ਅਕੈਡਮੀ ਦੇ ਵਿੱਚ ਮੇਰੀ ਕਿੰਨੀ ਹੈਲਪ ਕੀਤੀ ਸਾਰੀ ਅਕੈਡਮੀ ਇਹਨੇ ਸੰਭਾਲੀ ਹੋਈ ਹੈ ਜੀ ਤੇ ਜਦੋਂ ਮੈਨੂੰ ਹੁਣ ਕਲੀਅਰ ਹੋ ਗਿਆ ਤਾਂ ਫਿਰ ਇਹਨਾਂ ਦਾ ਵੀ ਇੰਟਰਸਟ ਲੱਗਿਆ ਵੀ ਸਟਿਲ ਹੈਗਾ ਤੇ ਫਿਰ ਹੁਣ ਅਸੀਂ ਆਪਾਂ ਕਹਿੰਦੇ ਹਾਂ ਵੀ ਜੇ ਪੰਜਾਬੀ ਵਿੱਚ ਸਿੱਧੇ ਹੋ ਕੇ ਅਸੀਂ ਹੁਣ 4-5 ਸਾਲ ਤੋਂ ਇਹ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਹਾਂ ਬਹੁਤ ਜ਼ਿਆਦਾ ਰਿਆਜ਼ ਕਰ ਰਹੇ ਹਾਂ ਮੈਮੀ ਕਰਵਾ ਰਹੇ ਹਾਂ ਬਾਕੀ ਜਿਹੜੀਆਂ ਬਰੀਕੀਆਂ ਹੈਗੀਆਂ ਇੰਡਸਟਰੀ ਕਿਵੇਂ ਦੀ ਹੈ ਕਿਵੇਂ ਦੇ ਲੋਕ ਆ ਕਿਵੇਂ ਸਾਨੂੰ ਕੰਮ ਕਰਨਾ ਚਾਹੀਦਾ ਉਹ ਚੀਜ਼ ਤੇ ਅਸੀਂ ਹੁਣ 4-5 ਸਾਲ ਤੋਂ ਆਪਣੇ ਤਰੀਕੇ ਦੇ ਨਾਲ ਬਹੁਤ ਅਸੀਂ ਪ੍ਰੋਪਰ ਤਰੀਕੇ ਨਾਲ ਕੰਮ ਕਰਦੇ ਜੀ ਗੁਰਵਰ ਤੁਸੀਂ ਜਦੋਂ ਹੁਣ ਛੋਟੇ ਸੀ ਤੁਸੀਂ ਜਿੱਦਾਂ ਡੈਡ ਨੇ ਦੱਸਿਆ ਤੁਸੀਂ ਪੜ ਰਹੇ ਸੀਗੇ ਕਦੇ ਤੁਹਾਨੂੰ ਲੱਗਦਾ ਸੀ ਇਦਾਂ ਵੀ ਮੈਂ ਪੜ ਕੇ ਕੀ ਕਰਨਾ ਡੈਡ ਹੈਗੇ ਐ ਇਸ profession ਚ ਮੈਂ ਤਾਂ ਇੱਧਰ ਹੀ ਚਲੇ ਜਾਣਾ ਕਿ ਜਿੱਦਾਂ ਨਹੀਂ ਪੜ੍ਹਾਈ ਤੁਹਾਡਾ ਸੀਗਾ ਕਿ ਫਰਸਟ ਥਿੰਗ ਇਹ ਮੇਰੀ ਹੈਗੀ ਐ ਸੋ ਇਹਦੇ ਤੇ ਮੈਂ ਫੋਕਸ ਕਰਨਾ ਸਿੰਗਿੰਗ ਇਜ਼ ਸੈਕੰਡਰੀ ਥਿੰਗ ਰਾਈਟ ਸੋ ਮੈਂ ਹਮੇਸ਼ਾ ਪ੍ਰਾਇੋਰਟੀਆਂ ਲੈ ਕੇ ਤੁਰਿਆ ਸੀਗਾ ਜੀ ਮੈਨੂੰ ਸੀਗਾ ਕਿ ਮੈਂ ਪਹਿਲਾਂ ਸਟੱਡੀਜ਼ ਨੂੰ ਫਿਨਿਸ਼ ਕਰਨਾ ਆ ਸੋ ਬਟ ਐਟ ਦ ਸੇਮ ਟਾਈਮ ਮੈਨੂੰ ਇੰਟਰਸਟ ਤਾਂ ਸੀਗਾ ਇਸ ਲਾਈਨ ਦੇ ਵਿੱਚ ਆਬਵੀਅਸਲੀ ਡੈਡ ਕਰਕੇ ਆਮ ਬਟ ਇਦਾਂ ਨਹੀਂ ਸੀਗਾ ਕਦੀ ਵੀ ਸੋਚਿਆ ਕਿ ਯੂ نو ਕਿ ਮੇਰੇ ਲਈ ਇੱਕ ਇੱਕ ਈਜ਼ੀ ਐਂਟਰੈਂਸ ਆ ਮੈਂ ਇੱਧਰ ਚਲੇ ਜਾਣਾ ਹੂੰ ਕੇਅਰਸ ਅਬਾਊਟ ਸਟੱਡੀਂਗ ਇਦਾਂ ਦੀ ਕੋਈ ਗੱਲ ਨਹੀਂ ਸੀਗੀ ਉਮ ਸੋ ਮੈਨੂੰ ਪਤਾ ਸੀ ਕਿ एवरीथिंग ਸਟੈਪ ਬਾਈ ਸਟੈਪ ਕਰਨਾ ਹੈ ਹਾਂਜੀ इजी ਐਕਸੈਸ ਦੀ ਗੱਲ ਕੀਤੀ ਹੈ ਗੁਰਵਰ ਨੇ ਭਾਜੀ इजी ਐਕਸੈਸ ਮਿਲ ਸਕਦਾ ਸੀ ਜੇ ਤੁਸੀਂ ਚਾਹੁੰਦੇ ਇਸ ਪਰ ਤੁਸੀਂ ਇਹ ਚੀਜ਼ ਚਾਹੀ ਨਹੀਂ ਕਿ ਇਹਨੂੰ इजी ਐਕਸੈਸ ਮਿਲ ਜਾਵੇ ਤੁਹਾਨੂੰ ਸਿਗਾ ਕਿ ਰਿਆਜ਼ ਕਰੇ ਪਹਿਲਾਂ ਸਾਰੀਆਂ ਚੀਜ਼ਾਂ ਬੈਸਟ ਤਰੀਕੇ ਦੇ ਨਾਲ ਹੋਣ ਤੇ ਪ੍ਰੋਪਰ ਤਰੀਕੇ ਤੇ ਤੁਸੀਂ ਇਹਨਾਂ ਦੀ ਐਂਟਰੀ ਕਰਾਈ ਕਦੋਂ ਹੋਈ ਸੀ ਗੁਰਵਰ ਦੀ ਐਂਟਰੀ ਕਦੋਂ ਤੁਸੀਂ ਇਹਨੂੰ ਕਿਹਾ ਵੀ ਹੁਣ ਬਈ ਤੂੰ ਇਸ ਲਾਈਨ ਦੇ ਵਿੱਚ ਆ ਜਾ ਔਰ ਲਾਈਨ ਦੇ ਵਿੱਚ ਮੈਂ ਆ ਜਾ ਨਹੀਂ ਜਿੱਕਿਆ ਇਹਨਾਂ ਇਹਨਾਂ ਨੇ ਹੀ ਦੋਨਾਂ ਨੇ ਇੰਟਰਸਟ ਦਿਖਾਇਆ ਤੇ ਮੈਂ ਇਹਨਾਂ ਨੂੰ ਵੈਲਕਮ ਕੀਤਾ ਜੀ ਫਿਰ ਤੁਸੀਂ ਜੇ ਚਾਹੁੰਦੇ ਹੋ ਤੇ ਮੈਂ 100% ਤੁਹਾਡੇ ਨਾਲ ਹਾਂ ਠੀਕ ਹੈ ਹਾਂਜੀ ਤੇ ਤੁਹਾਨੂੰ ਮਿਹਨਤ ਕਰਨੀ ਪੈਣੀ ਆ ਆ ਗੀਤ ਵੀ ਦੇਖੋ ਹੁਣ ਬਹੁਤ ਅੱਛਾ ਜਾ ਰਿਹਾ ਬਹੁਤ ਜ਼ਿਆਦਾ ਵਰਲਡ ਵਾਈਡ ਲੋਕਾਂ ਨੇ ਪਸੰਦ ਕੀਤਾ ਤੇ ਬਟ ਇਹਦੇ ਨਾਲ ਗੁਰਬਰ ਦੀ ਪਛਾਣ ਤਾਂ ਬਣ ਜੂ ਕਿ ਸਰਬਜੀ ਚੀਮਾ ਦਾ ਸਨ ਆਇਆ ਵੀ ਐਦਾਂ ਕਰਕੇ ਉਹਦਾ ਗਾਣਾ ਆ ਉਹ ਵੀ ਆ ਗਿਆ ਇੰਡਸਟਰੀ ਵਿੱਚ ਬਟ ਅੱਗੇ ਇਹਨੂੰ ਕਿ ਜਿੰਨੀ ਮਿਹਨਤ ਕਰੇਗਾ ਮਿਹਨਤ ਨਾਲ ਹੀ ਅੱਗੇ ਚੱਲਣਾ ਪੈਣਾ ਕਿ ਲੋਕਾਂ ਨੇ ਫਿਰ ਤੋਲ ਤੋਲ ਕੇ ਦੇਖਣਾ ਕਿ ਅਗਲਾ ਗਾਣਾ ਹੁਣ ਕਿੱਦਾਂ ਜੀ ਤੀਜਾ ਗਾਣਾ ਹੁਣ ਕਿਸ ਤਰ੍ਹਾਂ ਆਇਆ ਚੌਥਾ ਗਾਣਾ ਕਿੱਦਾਂ ਆਇਆ ਲੋਕ ਜਿਵੇਂ ਗੁਰਵਰ ਨੇ ਗੱਲ ਕੀਤੀ ਆ ਵੀ ਇਹ ਸਮਾਂ ਜ਼ਿਆਦਾ ਸਾਨੂੰ ਲੱਗਦਾ ਹੁੰਦਾ ਕਿ ਇਹਦੀ ਐਂਟਰੀ ਤੇ ਹੁਣ ਹੋਊਗੀ ਹਮ ਬੜ ਜਿਵੇਂ ਗੁਰਵਰ ਨੇ ਵੀ ਕਿਹਾ ਕਿ ਲੋਕਾਂ ਨੇ ਕੰਪੇਅਰ ਕਰਨਾ ਕੰਪੈਰੀਜ਼ਨ ਕਰਨਾ ਹਣਾ ਲੋਕਾਂ ਨੂੰ ਹੋਰ ਅੱਛਾ ਦਿਖੇਗਾ ਤੇ ਲੋਕਾਂ ਨੇ ਵਾ ਵਾਫੇ ਨਿਕਲਦੀ ਜਦੋਂ ਕਿਸੇ ਦੇ ਵਾਕਏ ਸੀਨੇ ਦੇ ਵਿੱਚ ਗੱਲ ਠਾ ਦੇਣੀ ਵੱਜਦੀ ਆ ਤੇ ਅੰਦਰੋਂ ਫਿਰ ਬਾਹਰ ਨਿਕਲਦੀ ਆ ਉਹ ਵਾਹ ਸਾਨੂੰ ਕੜਵਾਉਣੀ ਪੈਣੀ ਆ ਫਿਰ ਫਿਰ ਵਾਹ ਵਾਹ ਹੋਣੀ ਆ ਜੀ ਗੁਰਵਰ ਕਦੇ ਇਦਾਂ ਵੀ ਹੋਇਆ ਕਿ ਡੈਡ ਨੇ ਤੁਹਾਨੂੰ ਲਾਈਕ ਜਿੱਥੇ ਤੁਸੀਂ ਨੋ ਡਾਊਟ ਫਾਦਰ ਨੇ ਗਲਤੀ ਕੀਤੀ ਹੈ ਤਾਂ ਸੁਧਾਰਨੀ ਇਹਨਾਂ ਦਾ ਫਰਜ਼ ਹੈ ਲੇਕਿਨ ਉਦਾਂ ਦਾ ਪ੍ਰੈਸ਼ਰ ਸੀਗਾ ਕਿ ਡੈਡ ਦੇ ਨਾਲ ਹੁਣ ਮੈਂ ਗਾ ਰਿਹਾ ਤੇ ਡੈਡ ਤਾਂ ਬਹੁਤ ਕਹਿੰਦੇ ਨਹੀਂ ਇਦਾਂ ਨਹੀਂ ਆਹ ਠੀਕ ਨਹੀਂ ਹੋਇਆ ਗੁਰਵਰ ਆਹ ਲਾਈਨ ਨਹੀਂ ਸਹੀ ਹੋਈ ਇਹਨੂੰ ਦੁਬਾਰਾ ਗਾ ਇਦਾਂ ਦੀ ਵੀ ਸਿਚੁਏਸ਼ਨ ਸੀਗੀ ਆ ਨਹੀਂ ਇਦਾਂ ਦਾ ਕਦੀ ਕੁਝ ਨਹੀਂ ਬਿਲਡ ਅਪ ਹੋਇਆ ਜੀ ਸਾਡੇ ਦੋਨੋਂ ਦੇ ਵਿੱਚ ਅੰਡਰਸਟੈਂਡਿੰਗ ਬਹੁਤ ਆ ਅਮ ਸੋ ਡੈਡ ਨੇ ਐਕਸਪੋਰਟ ਹੀ ਕੀਤੀ ਆ 올 ધ ਟਾਈਮ ਹਾਂ ਜੀ ਕੋਈ ਮੈਨੂੰ ਕਿਸੇ ਤਰ੍ਹਾਂ ਦੀ ਕਨਫਲਿਕਟ ਜਾਂ ਕੁਝ ਹਾਰਡ ਲੱਗ ਰਿਹਾ ਉਹਨੂੰ ਅਸੀਂ ਇਕੱਠਿਆਂ ਨੇ ਵਰਕ ਆਊਟ ਕਰ ਲਿਆ ਅਮ ਸੋ ਇਦਾਂ ਨਹੀਂ ਕਿਹਾ ਜਿੱਥੇ ਡੈਡ ਨੇ ਕਿਹਾ ਹੋਵੇ ਗੁਰਮੁਖ ਸੋਰ ਸਹੀ ਨਹੀਂ ਲੱਗਿਆ ਇਹ ਲਾਈਨ ਹੁਣ ਤੈਨੂੰ ਦੁਬਾਰਾ ਕਰਨੀ ਪੈਣੀ ਕਿ ਗੁਰਵਰ ਦਾ ਸੋਰ ਸੋਰ ਹਮੇਸ਼ਾ ਸਹੀ ਲੱਗ ਜਾਂਦਾ ਸੀ ਜੀ ਜੀ ਨਹੀਂ ਇਹ ਤਾਂ ਨਹੀਂ ਕਾ ਜਿਵੇਂ ਮੇਰੇ ਖਿਆਲ ਉਹ ਗੱਲ ਗੁਰਬੰਦ ਨੂੰ ਪੂਰੀ ਸਮਝ ਨਹੀਂ ਪਈ ਜਦੋਂ ਅਸੀਂ ਉਹ ਇਸ ਗਾਣੇ ਦੀ ਡਬਿੰਗ ਕੀਤੀ ਆ ਤੇ ਇਹ ਅਸੀਂ ਘਟ ਤੋਂ ਘਾਟੇ ਮੇਰੇ ਖਿਆਲ ਤਿੰਨ ਵਾਰੀ ਦੁਬਾਰਾ 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 ਚੇਂਜਸ ਬਹੁਤ ਆਉਂਦੇ ਆ ਉਹ ਥੋੜੀ ਗੱਲ ਉਹਨਾਂ ਨੂੰ ਕਲੀਅਰ ਨਹੀਂ ਹੋਈ ਓਕੇ ਠੀਕ ਹੈ ਹਾਂਜੀ ਹਾਂਜੀ ਡਬਿੰਗ ਦੇ ਵਿੱਚ ਤਾਂ ਫੇਰ ਕੰਮ ਫਾਸ ਸਾਡਾ ਫਸ ਜਾਂਦਾ ਸੀ ਹਾਲੇ ਇਹ ਤਾਂ ਜਿੰਨਾ ਦਾ ਹੁਣ ਇੱਕ ਦੋ ਗਾਣੇ ਤੁਸੀਂ ਗਾਉਣੇ ਆ ਤੇ ਬਹੁਤ ਜ਼ਿਆਦਾ ਉਹ ਤੇ ਲਾਈਨਾਂ ਹੁਣ ਬਹੁਤ ਦੁਬਾਰਾ ਦੁਬਾਰਾ ਬਟ ਇਹਨੇ ਫਿਰ ਵੀ ਜਿਵੇਂ ਹੁਣ ਉਹ ਮੈਂ ਪਹਿਲਾਂ ਵੀ ਗੱਲ ਕਰ ਚੁੱਕਾ ਜੀ ਥੱਲੇ ਵਾਲੇ ਸਬਕਤ ਕਿਉਂਕਿ ਤੁਹਾਡੀ ਹਾਈ ਪਿਚ ਹੈ ਜੀ 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 ਉਹ ਮਤਲਬ ਉਹ ਹੀ ਗਾ ਗਿਆ ਇਹਦੀ ਫੋਕ ਟੋਨ ਹੈ ਨਾ ਰੋਮੈਂਟਿਕ ਟੋਨ ਵੀ ਹੈ ਥੋੜਾ ਸੌਫਟ ਆਈ ਮੀਨ ਤੇ ਉਹਦੇ ਵਿੱਚ ਇਹ ਗਾ ਗਿਆ ਮੈਨੂੰ ਬੜਾ ਚੰਗਾ ਲੱਗਾ ਮੈਨੂੰ ਲੱਗਦਾ ਮੈਂ ਸ਼ਾਇਦ ਉੱਥੇ ਨਹੀਂ ਸੀ ਗਾ ਸਕਦਾ ਉਹ ਜਿਵੇਂ ਗਾ ਗਿਆ ਜਿਵੇਂ ਫੀਲ ਦੇ ਗਿਆ ਜਿਵੇਂ ਪੰਜਾਬੀ ਤੇ ਹਿੰਦੀ ਤੇ ਇੰਗਲਿਸ਼ ਤੇ ਜਿਹੜੇ ਸ਼ਬਦ ਹੈਗੇ ਆ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਪ੍ਰੋਨਾਂਊਂਸ ਕਰਨਾ ਉਹ ਚੀਜ਼ਾਂ ਉਹ ਉਹ ਚੰਗੀਆਂ ਲੱਗੀਆਂ ਸਭ ਨੂੰ ਚੰਗੀਆਂ ਲੱਗੀਆਂ ਜੀ ਗੁਰੂ ਜੀ ਫਸਟ ਟਾਈਮ ਤੁਸੀਂ ਕਿੱਥੇ ਪਰਫਾਰਮੈਂਸ ਦਿੱਤੀ ਸੀਗੀ ਪਰਫਾਰਮੈਂਸ ਐਸ ਇਨ ਮਤਲਬ ਚਾਹੇ ਬਚਪਨ ਦੇ ਵਿੱਚ ਲਾਈਕ ਪਹਿਲਾ ਹੀ ਪਹਿਲੀ ਵਾਰ ਜਦੋਂ ਤੁਸੀਂ ਗਾਇਆ ਸਟੇਜ ਦੇ ਉੱਤੇ ਆ ਸਿੰਗਿੰਗ ਪਰਫਾਰਮੈਂਸ ਆ ਸ਼ਾਇਦ ਅ 2 ਜਾਂ 3 ਸਾਲ ਪਹਿਲਾਂ ਜਦੋਂ ਮੇਰੀ ਮੂਵੀ ਡੈਬਿਊ ਫਿਲਮ ਰਿਲੀਜ਼ ਹੋਈ ਸੀਗੀ ਉਹਦੇ ਪ੍ਰੋਮੋਸ਼ਨਲ ਟੂਰ ਤੇ ਤੁਸੀਂ ਕਹਿ ਸਕਦੇ ਆ ਬਾਕੀ ਛੋਟੇ ਹੁੰਦੇ ਨੇ ਡੈਡ ਦੇ ਇੰਟਰਵਿਊਸ ਦੇ ਵਿੱਚ ਯਾ ਉਦੋਂ ਲਾਈਵ ਸਿੰਗਿੰਗ ਅਲੀ ਗਿਟਾਰ ਹੋਇਆ ਸੀ ਜੀ ਲਾਈਵ ਸਿੰਗਿੰਗ ਕੀਤੀ ਜਦੋਂ ਡੈਡ ਇੰਟਰਵਿਊ ਦਿੰਦੇ ਹੁੰਦੇ ਸੀ ਉਥੇ ਤੁਸੀਂ ਯਾ ਜਦੋਂ ਕਈ ਵਾਰੀ ਉਦੋਂ ਆਈ ਥਿੰਕ ਮੈਨੂੰ ਸ਼ੋ ਦਾ ਨਾਮ ਚਿੱਤਾ ਪੁੱਲ ਗਿਆ ਕੋਈ ਫੈਮਿਲੀ ਇੰਟਰਵਿਊ ਹੋਈ ਸੀਗੀ ਅ ਅਖੌੜਾ ਸੀ ਪਕੜਾ ਪੁਰ ਪੰਜਾਬੀ ਉਹਦੇ ਵਿੱਚ ਮੈਂ ਆਈ ਥਿੰਕ ਛੋਟਾ ਜਿਹਾ ਹੀ ਸੀਗਾ ਉਦੋਂ ਵੀ ਮੇਬੀ ਰੰਗ ਗਾਣੇ ਦੇ ਟਾਈਮ ਤੇ ਹੀ ਇੰਟਰਵਿਊ ਹੋਈ ਸੀਗੀ ਤੇ ਉਦੋਂ ਹਾਂਜੀ ਮੈਨੂੰ ਇਹ ਦੱਸਿਆ ਗਿਆ ਜਦੋਂ ਮੈਨੂੰ ਕਿਸੇ ਨੇ ਕਿਹਾ ਨਾ ਮੈਂ ਕਾਹ ਦਿੰਦਾ ਹੁੰਦਾ ਸੀ ਠੀਕ ਹੈ ਤੇ ਮੂਵੀ ਜਿਹੜੀ ਤੁਸੀਂ ਕੀਤੀ ਸੀ ਦੁੱਲਾ ਵੈਲੀ ਆਈ ਗੈਸ ਦੁੱਲਾ ਵੈਲੀ ਉਹ ਤੁਹਾਡੀ ਫਰਸਟ ਮੂਵੀ ਸੀਗੀ ਰਾਈਟ ਹਾਂਜੀ ਤੇ ਉਹ ਕਿਸ ਤਰ੍ਹਾਂ ਦਾ ਲੱਗਿਆ ਐਕਸਪੀਰੀਅੰਸ ਐਕਟਿੰਗ ਵਾਲਾ ਤੇ ਸਿੰਗਿੰਗ ਵਾਲਾ ਹੁਣ ਜੇ ਮੈਂ ਬੜਾ ਔਖਾ ਕੁਐਸਚਨ ਹੈ ਵੈਸੇ ਜੇ ਮੈਂ ਕਹਾਂ ਐਕਟਿੰਗ ਤੇ ਸਿੰਗਿੰਗ ਗੁਰਵਰ ਕੀ ਚੂਜ਼ ਕਰੂਗਾ ਅ ਮੈਂ ਚਾਹਾਂਗਾ ਤਾਂ ਇਦਾਂ ਜੀ ਕਿ ਦੋਨਾਂ ਨੂੰ ਲੈ ਕੇ ਤੋਰਾ ਆ ਬਾਕੀ ਹੁਣ ਡਿਪੈਂਡ ਕਰਦਾ ਮੈਂ ਦੋਨਾਂ ਨੂੰ ਇੰਜੋਏ ਕੀਤਾ ਮੂਵੀ ਦਾ ਐਕਸਪੀਰੀਅੰਸ ਵੀ ਬਹੁਤ ਜ਼ਿਆਦਾ ਵਧੀਆ ਸੀਗਾ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੁਣ ਏ ਟਰੈਕ ਕੀਤਾ ਓਬੀਸੀ ਪਹਿਲਾ ਟਰੈਕ ਕੀਤਾ ਇਹਦੇ ਵਿੱਚ ਵੀ ਮੈਨੂੰ ਬਹੁਤ ਵਧੀਆ ਲੱਗਿਆ ਸੋ ਇਦਾਂ ਨਹੀਂ ਸੀਗਾ ਮੈਂ ਦੋਨਾਂ ਨੂੰ ਸੇਮ ਬੈਲੈਂਸ ਕਰ ਰਿਹਾ ਜੀ ਮੈਨੂੰ ਹਾਂਜੀ ਤੇ ਮੂਵੀ ਦੇ ਵਿੱਚ ਵੀ ਲੋਕਾਂ ਨੇ ਬਹੁਤ ਪਿਆਰ ਦਿੱਤਾ ਦੁੱਲਾ ਵੈਲੀ ਦੇ ਵਿੱਚ ਵੀ ਜੀ 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 ਉਹਦੀ ਕੋਈ ਇਦਾਂ ਦੀ ਚੀਜ਼ ਜਿਹੜੀ ਤੁਸੀਂ ਸ਼ੇਅਰ ਕਰਨਾ ਚਾਹੋ ਐਕਟਿੰਗ ਵੇਲੇ ਗੁਰਵਰਦੀ ਅਕਟਿੰਗ ਦੇ ਵਿੱਚ ਨਾ ਜੀ ਇਹਨੇ ਉਦੋਂ ਪ੍ਰੋਪਰ ਇੱਥੇ ਕਲਾਸੇ ਲਗਾਈਆਂ ਜੀ ਸਿੱਖਿਆ ਔਰ ਮੈਂ ਜਿਵੇਂ ਇਹਨੂੰ ਇਹ ਇਹਨਾਂ ਨੂੰ ਗੱਲ ਸਮਝਾਉਂਦਾ ਹੁੰਦਾ ਕਿ ਕੋਈ ਕਿਸੇ ਚੀਜ਼ ਨੂੰ ਵੀ ਐਦਾਂ ਨਹੀਂ ਆਪਾਂ ਹੱਥ ਪਾ ਸਕਦੇ ਵੀ ਇਹ ਕਿਹੜੀ ਗੱਲ ਆ ਲੋਕ ਵੀ ਕਰਦੇ ਨੇ ਪਰ ਤੁਹਾਨੂੰ ਉਹਦੀ ਗ੍ਰਾਮਰ ਜਿਹੜੀ ਆ ਉਹ ਜ਼ਰੂਰ ਆਉਣੀ ਚਾਹੀਦੀ ਭਾਵੇਂ ਉਹ ਸਿੰਗਿੰਗ ਹੈ ਭਾਵੇਂ ਉਹ ਐਕਟਿੰਗ ਹੈ ਜੀ ਤੇ ਇਹਨੇ ਮੈਂ ਬਹੁਤ ਮਤਲਬ ਹੈਪੀ ਸੀਗਾ ਜੀ ਗੁੱਗੂ ਗੱਲ ਭਾਜੀ ਸਾਡੇ ਨਾਲ ਸੀਗੀ ਜ਼ਿਆਦਾ ਸਾਡੇ ਸੀਨ ਉਹਨਾਂ ਨਾਲ ਸੀਗੇ ਯੋਗਰਾਜ ਭਾਜੀ ਵੀ ਨਾਲ ਸੀ ਪੜ ਗੂਗਲ ਭਾਜੀ ਹੁਣਾਂ ਨਾਲ ਸਾਡੇ ਸੀਨ ਜਿਆਦਾ ਕਰਕੇ ਉਹਨਾਂ ਨੇ ਬਹੁਤ ਗੁਰਵਰ ਦੀ ਸਪੋਰਟ ਵੀ ਕੀਤੀ ਗਾਈਡ ਕੀਤਾ ਉਹਨਾਂ ਨੇ ਗਾਈਡ ਵੀ ਕੀਤਾ ਤੇ ਉਹ ਬੜੇ ਖੁਸ਼ ਸਕੇ ਵੀ ਯਾਰ ਬੱਚਾ ਇਹ ਬਾਹਰ ਜੰਮਿਆ ਹੋਇਆ ਉੱਥੇ ਪਲਿਆ ਹੋਇਆ ਤੇ ਇਹਦੇ ਵਿੱਚ ਠੇਠ ਪੰਜਾਬੀ ਪੰਜਾਬੀ ਉੱਤੇ ਝਲਕਦੀ ਆ ਇਹਦੀ ਓਵਰਆਲ ਲੁੱਕ ਲੁਕਸ ਦੇ ਵਿੱਚ ਇਹਦੀ ਗੱਲਬਾਤ ਦੇ ਵਿੱਚ ਬਾਡੀ ਲੈਂਗੁਏਜ ਦੇ ਵਿੱਚ ਤੇ ਜਸਮੁੰਜੀ ਜੀ ਕਿ ਮੈਨੂੰ ਗੱਲ ਆਜਾਦ ਆਈ ਸੀ ਤੁਹਾਡੇ ਨਾਲ ਕਿ ਤੁਸੀਂ ਗੁਰਵਰ ਨਾਲ ਗੱਲਬਾਤ ਕਰਦੇ ਸੀ ਵੀ ਕਦੋਂ ਗਿਆ ਕਿਸ ਤਰ੍ਹਾਂ ਗਿਆ ਨਾ ਇਹ 2003 ਜਦੋਂ ਗਾਣਾ ਰੰਗ ਰਿਲੀਜ਼ ਹੋਇਆ ਨਾ ਜੀ ਸਾਡੇ ਘਰੇ ਜਿਵੇਂ ਗੁਰਵਰ ਦੱਸਦਾ ਕਿ ਅਖਾੜਾ ਪ੍ਰੋਗਰਾਮ ਵਾਲੇ ਇੰਟਰਵਿਊ ਕਰਨ ਆਏ ਤੇ ਉਹਨਾਂ ਨੇ ਇਹਨੂੰ ਗੌਰ ਨੂੰ ਕਿਹਾ ਵੀ ਬੇਟਾ ਗੱਲ ਲੈਂਦਾ ਮੈਂ ਕਿਹਾ ਜੀ ਗੱਲ ਲੈਂਦਾ ਥੋੜਾ ਥੋੜਾ ਗਾ ਲੈਗਾ ਇਹ ਕਹਿੰਦਾ ਮੈਂ ਗੱਲ ਲੈਂਦਾ ਇਹਨੇ ਗੁਰਵਰ ਨੇ ਪੈਸਾ ਗੀਤ ਸੁਣਾਇਆ ਜੀ ਅੱਛਾ ਤੇ ਹਾਲੇ ਮੈਂ ਵੀ ਕੋਈ ਉਹਨਾਂ ਦਾ ਰਿਆਜ਼ ਵਗੈਰਾ ਕੁਝ ਨਹੀਂ ਕਰਵਾਇਆ ਸੀ ਕਿਉਂ ਨੈਚਰੈਲਿਟੀ ਜਿੰਨੀ ਕੁ ਹੁੰਦੀ ਬੱਚੇ 'ਚ ਬਰਾਂਡ ਚੋਂ ਮਿਲੀ ਹੁੰਦੀ ਨਾ ਤੇ ਇਹਨੇ ਪੈਸੇ ਵਾਲਾ ਗਾਣਾ ਗਾਇਆ ਉਹਦੀ ਜਿਵੇਂ ਹੁਣ ਸਟਾਰਟ ਹੁੰਦੀਆਂ ਜੀ ਦੋ ਲਾਈਨਾਂ ਦਾ ਇੱਕ ਇਹ ਮੈਂ ਥੋੜਾ ਵੀ ਗੋਣ ਕਰਨਾ ਕੇ ਦੱਸਣਾ ਚਾਹੀਦਾ ਉਹ ਗਾਣਾ ਹੈਗਾ ਇਹ ਦੁਨੀਆ ਪੁੱਤਰ ਪੈਸੇ ਦੀ ਇਹ ਦੁਨੀਆ ਪੁੱਤਰ ਪੈਸੇ ਦੀ ਪੈਸੇ ਦੀ ਕਹੀ ਗੱਲ ਸੱਚੀ ਜਾਂਦੀ ਆ ਅੱਜ ਇਹ ਟੇਲ ਆ ਨਾ ਜੀ ਇਹ ਗਾਸ ਹੋਰ ਲੱਗ ਕੇ ਰੇਲ ਆ ਕੇ ਸਾਥੇ ਆਉਂਦੀ ਹੈ ਜਦੋਂ ਟੇਲ ਲਾਈ ਤਾਂ ਇਹ ਤੋਂ ਸਹੀ ਨਹੀਂ ਲੱਗੀ ਅੱਛਾ ਇਹਨੇ ਉੱਤੇ ਇੰਟਰਵਿਊ ਰੋਕੀ ਉਹਨਾਂ ਨੂੰ ਕਹਿੰਦਾ ਅੰਤਲ ਮੈਂ ਦੁਆਰਾ ਕਰੂੰਗਾ ਮੇਰ ਤੋਂ ਆ ਟੇਲ ਸਹੀ ਨਹੀਂ ਲੱਗੀ ਹਾਂ ਮਤਲਬ ਦੇਖੋ 7-8 ਸਾਲ ਦੇ ਬੱਚੇ ਦੇ ਵਿੱਚ ਉਹਨੂੰ ਜਦੋਂ ਸਹੀ ਨਹੀਂ ਲੱਗੀ ਤਾਂ ਇਹਦਾ ਮਤਲਬ ਮੈਂ ਕਿਹਾ ਇਹ ਗੱਲ ਠੀਕ ਆ ਮੈਂ ਕਿਹਾ ਵੈਰੀ ਗੁੱਡ ਵੀ ਇਹਨੂੰ ਇੰਨੀ ਸੈਂਸ ਹੈ ਵੀ ਮੇਰੇ ਕੋ ਉਹ ਜਿਹੜਾ ਸੁਰ ਲੱਗਣਾ ਸੀਗਾ ਉਹ ਮੇਰੇ ਕੋ ਲੱਗਾ ਨਹੀਂ ਮੈਂ ਦੁਆਰਾ ਲਾਉਣਾ ਇਰੇ ਉਹ ਕਟਾ ਕਰਕੇ ਦਵਾਰਾ ਟੱਫਾ ਗਾਇਆ। ਆਈ ਥਿੰਕ ਉਹੀ ਮੋਮੈਂਟ ਸੀ ਜਦੋਂ ਤੁਹਾਨੂੰ ਵੀ ਲੱਗਿਆ ਕਿ ਸ਼ਾਇਦ ਗੁਰਵਰ ਹੈਗਾ ਹੁਣ ਰੈਡੀ ਹੋ ਚੁੱਕਿਆ ਉਸ ਲਾਈਨ ਦੇ ਵਿੱਚ ਜਾਣ ਲਈ। ਸਰਜੀਤ ਪਾਜੀ ਇੱਕ ਗੱਲ ਜਿਹੜੀ ਹੈ ਜਿਹੜੀ ਮੈਂ ਤੁਹਾਨੂੰ ਹੁਣ ਪੁੱਛਣੀ ਹੈ ਉਹ ਬੇਸਿਕਲੀ ਉਹਨਾਂ ਪੇਰੈਂਟਸ ਨੂੰ ਇੱਕ ਸੁਨੇਹਾ ਹੈ ਜਿਹੜੇ ਅਸੀਂ ਆਪਣੇ ਪ੍ਰਦੇਸ਼ਾਂ ਦੇ ਵਿੱਚ ਬੈਠੇ ਆ ਆਪਣਾ ਹਿੰਦੁਸਤਾਨ ਆਪਣਾ ਭਾਰਤ ਜਾਂ ਪਾਕਿਸਤਾਨ ਦੇ ਲੋਕ ਜਿਹੜੇ ਸਾਊਥ ਏਸ਼ੀਆਨ ਅਸੀਂ ਦੂਸਰੇ ਮੁਲਕਾਂ ਦੇ ਵਿੱਚ ਬੈਠੇ ਆ। ਗੁਰਵਰ ਨੇ ਜਿਸ ਤਰ੍ਹਾਂ ਜ਼ਿਕਰ ਕੀਤਾ ਕਿ 3-4 ਸਾਲ ਚੌਥੀ ਤੱਕ ਅਗੇਂਸ ਫੋਰਥ ਗ੍ਰੇਡ ਤੱਕ ਇਹਨਾਂ ਨੇ ਇੰਡੀਆ ਪੜ੍ਹਾਈ ਕੀਤੀ ਉਸ ਤੋਂ ਬਾਅਦ ਇਹ ਇੱਥੇ ਆ ਗਏ ਇੱਥੇ ਆ ਕੇ ਇਹਨਾਂ ਨੇ ਆਪਣਾ ਬੋਰਨ ਤੁਸੀਂ ਇੱਥੇ ਦਿਓ ਗੁਰਵਰ ਜੀ ਬੋਰਨ ਇੱਥੇ ਦੇ ਫਿਰ 3-4 ਸਾਲ ਤੁਸੀਂ ਉੱਥੇ ਇਹਨਾਂ ਨੇ ਪੜ੍ਹਾਈ ਕੀਤੀ ਹੈ ਜੀ ਠੀਕ ਹੈ ਫਿਰ ਇੱਥੇ ਪੂਰਾ ਪੜ੍ਹੇ ਪਰ ਜਿੱਦਾਂ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਨਾ ਗੁਰਵਰ ਨੂੰ ਦੇਖ ਕੇ ਲੱਗਦਾ ਨਹੀਂ ਇਦਾਂ ਲੱਗਦਾ ਹੁਣੇ-ਹੁਣੇ ਮੁੰਡਾ ਪੰਜਾਬ ਤੋਂ ਨਾ ਜਵਾਨ ਗੱਭਰੂ ਬਣ ਕੇ ਆਇਆ ਸੋ ਇਹ ਪਰਵਰਿਸ਼ ਜਿਹੜੀ ਹੈ ਇਹ ਤੇ ਦਾ ਸੇਰਾ 노 ਡਾਊਟ ਤੁਹਾਨੂੰ ਜਾਂਦਾ ਹੈ ਤੁਹਾਡੀ ਫੈਮਿਲੀ ਨੂੰ ਜਾਂਦਾ ਹੈ ਸੋ ਹੁਣ ਤੁਸੀਂ ਇੱਕ ਅਕੈਡਮੀ ਵੀ ਚਲਾ ਰਹੇ ਹੋ ਜਿਹਦੇ ਵਿੱਚ ਇਹੀ ਸੁਨੇਹਾ ਤੁਸੀਂ ਪੇਰੈਂਟਸ ਨੂੰ ਦੇ ਰਹੇ ਹੋ ਪਰ ਅੱਜ ਮੈਂ ਤੁਹਾਡੇ ਤੋਂ ਇੱਥੇ ਪੁੱਛਣਾ ਚਾਹਣੀ ਆ ਲਾਈਵ ਕਿ ਕੀ ਸਿਗਾ ਕਿਸ ਤਰ੍ਹਾਂ ਇਹ ਬੈਲੈਂਸ ਰੱਖਿਆ ਤੁਸੀਂ ਕਿ ਗੁਰਵਰ ਇੱਥੇ ਪੜ ਰਿਹਾ ਪਰ ਫਿਰ ਵੀ ਪੰਜਾਬੀਅਤ ਉਹਦੇ ਅੰਦਰ ਵੀ ਓਨੀ ਹੈ ਜਿੰਨੀ ਅੱਜਕੱਲ੍ਹ ਸ਼ਾਇਦ ਪੰਜਾਬ ਦੇ ਬੱਚਿਆਂ 'ਚ ਵੀ ਦੇਖਣ ਨੂੰ ਨਹੀਂ ਮਿਲਦੀ ਸੋ ਬੈਲੈਂਸ ਪੇਰੈਂਟਸ ਕਿਦਾਂ ਰੱਖਣ ਤੇ ਜਿਹੜੇ ਪੇਰੈਂਟਸ ਸੁਣ ਰਹੇ ਨੇ ਉਹਨਾਂ ਨੂੰ ਖਾਸ ਤੌਰ ਤੇ ਕੀ ਸੁਨੇਹਾ ਹੈ ਕਿ ਸੱਭਿਆਚਾਰ ਜਿਹੜਾ ਹੈ ਸਾਡਾ ਪੰਜਾਬੀ ਕਲਚਰ ਹੈ ਉਹ ਕਿਵੇਂ ਅਸੀਂ ਨਾਲ ਲੈ ਕੇ ਤੁਰੀਏ ਕਿ ਇਹ ਨਹੀਂ ਹੈ ਕਿ ਕੈਨੇਡੀਅਨ ਕਲਚਰ ਸਾਨੂੰ ਪਸੰਦ ਨਹੀਂ ਹੈ ਉਹ ਵੀ ਸਾਡਾ ਆਪਣਾ ਹੈ ਲੇਕਿਨ ਸਾਡਾ ਆਪਣਾ ਕਲਚਰ ਦੋਨੋਂ ਚੀਜ਼ਾਂ ਬੈਲੈਂਸ ਰਹਿਣ ਉਹਦੇ ਵਿੱਚ ਹੀ ਸਾਡਾ ਦੇਖੋ ਅਸੀਂ ਮੈਂ ਤੇ ਇਹਨਾਂ ਗੁਰਵਰ ਦੀ ਮੰਮ ਨੇ ਇਹਨਾਂ ਦੇ ਮਦਰ ਨੇ ਸਾਡੇ ਘਰੇ ਬੀਬੀ ਦੇ ਪਪਾ ਜੀ ਅਸੀਂ ਇਕੱਠੇ ਹੀ ਰਹੇ ਹਾਂ ਜੀ ਪਹਿਲਾਂ ਜਦੋਂ ਅਸੀਂ ਕੈਨੇਡਾ ਆਏ 89 ਤੋਂ ਅਸੀਂ ਸਾਰਾ ਪਰਿਵਾਰ ਇਕੱਠੇ ਹੈ ਜੀ ਅੱਛਾ ਇਹਨਾਂ ਨੂੰ ਇਸ ਗੱਲ ਦਾ ਵੀ ਫਰਕ ਪਿਆ ਜੀ ਔਰ ਅਸੀਂ ਦੋਨੋਂ ਮੈਂ ਤੇ ਮੇਰੇ ਵਾਈਫ ਕਮਲਜੀਤ ਅਸੀਂ ਸਾਡੇ ਚੋਂ ਜਿਹੜਾ ਠੇਠ ਪੰਜਾਬੀ ਆ ਪੰਜਾਬ ਆ ਸਾਡਾ ਕਲਚਰ ਉਹ ਹਾਲੇ ਤੱਕ ਤਾਂ ਨਹੀਂ ਨਿਕਲਿਆ ਜੀ ਮੇਰੇ ਖਿਆਲ ਅੱਧੋਂ ਵੱਧ ਉਮਰ ਹੋ ਗਈ ਹੋਰ ਕਿੰਨੀ ਕੀ ਮਾਲਕ ਨੂੰ ਪਤਾ ਔਰ ਅਸੀਂ ਇਹਨਾਂ ਨੂੰ ਕੋਸ਼ਿਸ਼ ਕੀਤੀ ਕਿ ਪੂਰੀ ਪੰਜਾਬੀ ਕਲਚਰ ਦੇ ਨਾਲ ਇਹਨਾਂ ਨੂੰ ਜੋੜ ਕੇ ਰੱਖੀਏ ਜੋ ਜੋ ਅਸੀਂ ਕਰ ਸਕਦੇ ਸੀਗੇ ਜੀ ਔਰ ਕਰੇ ਗੱਲ ਕਰਨੀ ਆ ਬੀਬੀ ਪਾਪਾ ਜੀ ਬੈਠੇ ਆ ਤੇ ਠੇਠ ਪੰਜਾਬੀ ਬੋਲਣੀ ਆ ਤੁਸੀਂ ਕਿਤੇ ਪਰੇ ਬੈਠਿਓ ਇਕੱਲੇ ਦੋਨੇ ਜਾਨੇ ਤੁਸੀਂ ਅੰਗਰੇਜ਼ੀ ਬੋਲ ਲਓ ਉਹ ਵੀ ਸਾਨੂੰ ਬੋਲਣੀ ਪਣੀ ਜ਼ਰੂਰੀ ਹੈ ਜੀ ਤੇ ਇਹਨਾਂ ਨੂੰ ਇਹ ਚੀਜ਼ਾਂ ਸਿਖਾਈਆਂ ਗਈਆਂ ਮੈਂ ਬਾਹਰ ਵੀ ਰਿਹਾ ਤੇ ਇਹਨਾਂ ਦੀ ਜਿਹੜੀ ਜ਼ਿਆਦਾ ਪਰਵਰਿਸ਼ ਇਹਨਾਂ ਦੀ ਮਦਰ ਨੇ ਕੀਤੀ ਹੈ ਜੀ ਕਮਲਜੀਤ ਨੇ ਹਰ ਤਰ੍ਹਾਂ ਦੀ ਸਪੋਰਟ ਹਰ ਐਕਟੀਵਿਟੀ ਨੂੰ ਲੈ ਕੇ ਦਿੱਤੀ ਬਹੁਤ ਤੋਂ ਬਹੁਤ ਬਿਜ਼ੀ ਰੱਖਿਆ ਜਾਵੇ ਤੇ ਮੈਂ ਜਦੋਂ ਇੰਡੀਆ ਦੇ ਵਿੱਚ ਹੋਂ ਤਾਂ ਮੈਨੂੰ ਬਹੁਤ ਜ਼ਿਆਦਾ ਫਿਕਰ ਹੁੰਦਾ ਸੀ ਤੇ ਮੈਂ ਘਟ ਆਉਣਾ ਤੇ ਬਟ ਇਹਨਾਂ ਦੇ ਨਾਲ ਮੈਂ ਸਵੇਰ ਸ਼ਾਮ ਫੋਨ ਤੇ ਜ਼ਰੂਰ ਗੱਲ ਕਰਨੀ ਕਮਲ ਜੀ ਦੇ ਨਾਲ ਗੱਲ ਕਰਨੀ ਵਾਈਫ ਦੇ ਨਾਲ ਇਹਨਾਂ ਦੇ ਨਾਲ ਗੱਲ ਕਰਨੀ ਔਰ ਵੀ ਟੱਚ ਦੇ ਵਿੱਚ ਰਹਿਣ ਇਹਨਾਂ ਨੂੰ ਇਹ ਨਾ ਲੱਗੇ ਵੀ ਸਾਡੇ ਇਕੱਲੇ ਮਤਰੀ ਆ ਡੈਡੀ ਕਿੱਥੇ ਹੈ ਕਿ ਬੱਚਿਆਂ ਨੂੰ ਜਿਆਦਾ ਨਹੀਂ ਪਤਾ ਲੱਗਦਾ ਜੀ ਤੇ ਇਹਨਾਂ ਨੂੰ ਅਸੀਂ ਬੱਦ ਤੋਂ ਬੱਦ ਸਪੋਰਟਸ ਦੇ ਵਿੱਚ ਔਰ ਕਿਉਂਕਿ ਐਂਟਰਟੇਨ ਦਾ ਘਰ ਦੇ ਵਿੱਚ ਚੱਲਦਾ ਸੀਗਾ ਜੀ ਇਹਨਾਂ ਨੂੰ ਪਤਾ ਸੀ ਤੇ ਜਿਆਦਾ ਇਹਨਾਂ ਦਾ ਆਪਣਾ ਇੰਟਰਸਟ ਵੀ ਸੀਗਾ ਜਿਆਦਾ ਸਪੋਰਟਸ ਦੇ ਵਿੱਚ ਅਸੀਂ ਹਰ ਤਰ੍ਹਾਂ ਦੇ ਇਹਨਾਂ ਨੂੰ ਸਪੋਰਟ ਕੀਤੀ ਆ ਇਹ ਪ੍ਰੋਫੈਸ਼ਨਲੀ ਖੇਡੇ ਆ ਦੋਨੋਂ ਜਾਨੇ ਜੀ ਬਹੁਤ ਸਕੂਲ ਟਾਈਮ ਤੱਕ ਜੀ ਤੇ ਇਹ ਜਿਹੜੀਆਂ ਚੀਜ਼ਾਂ ਵੈਲਿਊਜ਼ ਯਾਰਾਂ ਨੂੰ ਸਿਖਾਉਣ ਦੀ ਕੋਸ਼ਿਸ਼ ਕੀਤੀ ਦੂਸਰਾ ਜਜ਼ਮीन ਜੀ ਦੇਖੋ ਐਦਾਂ ਹੁੰਦਾ ਕਿ ਪੇਰੈਂਟਸ ਨੂੰ ਇੱਕ ਆਪਾਂ ਬੱਚਿਆਂ ਨੂੰ ਜਾਂ ਕਿਤੇ ਵੀ ਅਸੀਂ ਪਾਠ ਪੜਾਉਂਦੇ ਆ ਸਿੱਖਿਆ ਦਿੰਦੇ ਆ ਬੋਲ ਕੇ ਉਹ ਬੱਚਿਆਂ ਤੇ ਬਹੁਤ ਘੱਟ ਅਸਰ ਪੈਂਦਾ ਬਲਕਿ ਪੈਂਦਾ ਹੀ ਨਹੀਂ ਮੇਰੀ ਸੋਚ ਮੁਤਾਬਕ ਤੁਹਾਨੂੰ ਉਦਾਹਰਨ ਬਣਨਾ ਪੈਂਦਾ ਜੋ ਮੈਂ ਸੋਚਦਾ ਜੀ ਉਦਾਹਰਨ ਬਣ ਕੇ ਤੁਹਾਨੂੰ ਦਿਖਾਉਣਾ ਪੈਂਦਾ ਉਹ ਉਹਦੇ ਨਾਲ ਦਾ ਅਸਰ ਜਿਹੜਾ ਜੀ ਉਹ ਕੋਈ ਨਹੀਂ ਫਿਰ ਉਹ ਜਿਆਦਾ ਅਸਰ ਕਰਦਾ ਬੱਚਿਆਂ ਦੇ ਉੱਪਰ ਤੇ ਅਸੀਂ ਇਹਨਾਂ ਨੂੰ ਉਦਾਹਰਨ ਜੇ ਨਸ਼ਿਆਂ ਦੀ ਗੱਲ ਹੈ ਆ ਗੈਂਗਸ ਦੀ ਗੱਲ ਆ ਉਹ ਚੀਜ਼ਾਂ ਜਿਹੜਾ ਨੂੰ ਜਿੱਥੇ ਸਿਖਾਈਆਂ ਉੱਥੇ ਇਹਨਾਂ ਨੂੰ ਬਣ ਕੇ ਵੀ ਦਿਖਾਇਆ ਹੁਣ ਘਰੇ ਮਦਰ ਬਾਹਰ ਘੁੰਮਦੇ ਆ ਇਧਰ ਫਾਦਰ दारू ਪੀ ਕੇ ਰਾਤ ਨੂੰ ਡੇਕੇ ਡੇਕੇ ਰੋਜ਼ ਘਰ ਦੇ ਵਿੱਚ ਆਉਂਦਾ ਤੇ ਗਾਲਾਂ ਕੱਢਦਾ ਤੇ ਉਹ ਅਸਰ ਤਾਂ ਜਾਏਗਾ ਜੀ ਅਸੀਂ ਨਹੀਂ ਮੈਂ ਕਹਿੰਦਾ ਕਿ ਅਸੀਂ ਬਹੁਤ ਸਿਆਣੇ ਆ ਸਾਡੇ ਨਾਲ ਇੱਥੇ ਬਹੁਤ ਅੱਛੀਆਂ ਫੈਮਿਲੀਸ ਆ ਜਿਨ੍ਹਾਂ ਨੇ ਬਹੁਤ ਸਾਡੇ ਤੋਂ ਵੀ ਕਿਤੇ ਹੀ ਅੱਛੇ ਤਰੀਕੇ ਨਾਲ ਬੱਚਿਆਂ ਦੀ ਪਰਵਰਿਸ਼ ਕੀਤੀ ਆ ਬਟ ਮੇਰਾ ਸਨੇਹਾ ਇਹ ਹੀ ਆ ਕਿ ਅਸੀਂ ਕੋਸ਼ਿਸ਼ ਕਰੀਏ ਬੱਚਿਆਂ ਨੂੰ ਜਿੱਦਾਂ ਦੇ ਅਸੀਂ ਚਾਹੁੰਦੇ ਆ ਕਿ ਸਾਡੇ ਬੱਚੇ ਬਣ ਉਹਦਾਂ ਦੇ ਅਸੀਂ ਜਿਹੜੇ ਪੇਰੈਂਟਸ ਆ ਉਹ ਬਣ ਕੇ ਦਿਖਾਈਏ ਜੀ ਜੀ ਪਾਜੀ ਤੁਸੀਂ ਗੱਲ ਕੀਤੀ ਹੈ ਨਾ ਕਿ ਗੈਂਗਸ ਦੀ ਗੱਲ ਸਾਡੀ ਤਾਂ ਕਮਿਊਨਿਟੀ ਦੇ ਵਿੱਚ ਹੁਣ ਇੱਕ ਬੜਾ ਵੱਡਾ ਇਸ਼ੂ ਬਣਿਆ ਹੋਇਆ ਚਾਹੇ ਅਸੀਂ ਗੈਂਗਸ ਦੀ ਗੱਲ ਕਰ ਲਈਏ ਚਾਹੇ ਅਸੀਂ ਓਵਰਡੋਸ ਦੀ ਗੱਲ ਕਰ ਲਈਏ ਲੇਕਿਨ ਇੱਕ ਹੋਰ ਮੈਨੂੰ ਬੜੀ ਖੁਸ਼ੀ ਅਜੇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਇਆ ਮੇਰੀ ਹਮੇਸ਼ਾ ਇਹ ਕੋਸ਼ਿਸ਼ ਹੁੰਦੀ ਹੈ ਕਿ ਕੁਝ ਇਸ ਤਰ੍ਹਾਂ ਦੇ ਬੱਚੇ ਲਿਆਉਂਦੇ ਜਾਣ ਰੋਸ਼ਨੀ ਪ੍ਰੋਗਰਾਮ ਦੇ ਵਿੱਚ ਜਿਹੜੇ ਯੰਗ ਨੇ ਜਿਹੜੇ ਸਾਡੀ ਕਮਿਊਨਿਟੀ ਲਈ ਇੱਕ ਮਿਸਾਲ ਨੇ ਜਿੱਥੇ ਅਸੀਂ ਇੱਕ ਪਾਸੇ ਬੜੀ ਜਲਦੀ ਬਲੇਮ ਦੇ ਦਿੰਨੇ ਆ ਪੇਰੈਂਟਸ ਨੂੰ ਵੀ ਤੇ ਯੰਗ ਕਿਡਸ ਨੂੰ ਵੀ ਕਿ ਸਾਡੇ ਬੱਚੇ ਜਿਹੜੇ ਨੇ ਨਸ਼ਿਆਂ 'ਚ ਜਾ ਰਹੇ ਨੇ ਸਾਡੇ ਬੱਚੇ ਗੈਂਗਸ ਵੱਲ ਜਾ ਰਹੇ ਨੇ ਪਰ ਗੁਰਵਰ ਵਰਗੇ ਬੱਚੇ ਵੀ ਨੇ ਜਿਹੜੇ ਇੱਕ ਮਿਸਾਲ ਨੇ ਔਰ ਅਕੈਡਮੀ ਦੇ ਵਿੱਚ ਉਹਨਾਂ ਬੱਚਿਆਂ ਨੂੰ ਛੋਟੇ-ਛੋਟੇ ਬੱਚਿਆਂ ਨੂੰ ਸਿਖਾ ਰਹੇ ਹਾਂ ਗੁਰਵਰ ਉਹ ਐਕਸਪੀਰੀਅੰਸ ਕਿੱਦਾਂ ਦਾ ਹੈ ਅਮ ਅਕੈਡਮੀ ਹੁਣ ਮੈਂ 5-5 ਸਾਲ ਹੋ ਗਏ ਜੀ ਸਾਨੂੰ ਓਪਨ ਕੀਤਿਆਂ ਨੂੰ ਅਮ ਬੱਚਿਆਂ ਨੂੰ ਮਿਲਣਾ ਜੋ ਮੈਨੂੰ ਡੈਡ ਤੋਂ ਸਿੱਖਣ ਲਈ ਮਿਲਿਆ ਜਾਂ ਮਾਂ ਤੋਂ ਸਿੱਖਣ ਲਈ ਮਿਲਿਆ ਅਮ OBC ਪੰਗੜਾ ਅਕੈਡਮੀ ਆ ਬਟ ਡਾਂਸ ਦੇ ਨਾਲ-ਨਾਲ ਉਹ ਮੈਨਰਸ ਜਾਂ ਰਿਸਪੈਕਟ ਵੱਡਿਆਂ ਦੀ ਕਿੱਦਾਂ ਕਰਨੀ ਆ ਜਿੰਦਾ ਮੈਂ ਸਿੱਖਿਆ ਹੋਇਆ ਮੈਂ ਟਰਾਈ ਕਰਦਾ ਜੀ ਉਹਦਾ ਉਹਨਾਂ ਨੂੰ ਪਾਸ ਕਰਾਂ ਆ ਤੇ ਬੱਚੇ ਵੀ ਉਸ ਗੱਲ ਨੂੰ ਸੁਣਦੇ ਨੇ ਸੋ ਜਦੋਂ ਉਹ ਲਿਸਨ ਕਰਦੇ ਆ ਤੇ ਉਹ ਚੀਜ਼ਾਂ ਤੁਹਾਨੂੰ ਕਰਕੇ ਦਿਖਾਉਂਦੇ ਆ ਦੈਨ ਦੱਸ ਦ ਬੈਸਟ ਫੀਲਿੰਗ ਤੇ ਤੁਹਾਨੂੰ ਤੁਹਾਡੇ ਤਾਂ ਕਿਉਂਕਿ ਤੁਸੀਂ ਵੈਸੇ ਗੁਰਵਰ ਬਹੁਤ ਕਿਊਟ ਹੈ ਭਾਜੀ ਹੈ ਨਾ ਜਦੋਂ ਮੈਂ ਗੱਲ ਕਰ ਰਹੀ ਸੀ ਨਾ ਕਿ ਸਰਬਜੀਤ ਭਾਜੀ ਤੇ ਗੁਰਵਰ ਨਹੀਂ ਆਣਾ ਤਾਂ ਬੜੇ ਜਣਿਆਂ ਨੇ ਮੈਨੂੰ ਕਿਹਾ ਕਿਸ ਦਿਨ ਆਣਾ ਅਸੀਂ ਗੁਰਵਰ ਨੂੰ ਮਿਲਣਾ ਸੋ ਗੁਰਵਰ ਛੋਟੇ ਛੋਟੇ ਬੱਚੇ ਵੀ ਤੁਹਾਨੂੰ ਬਹੁਤ ਲਾਈਕ ਕਰਦੇ ਆ ਆਈ ਥਿੰਕ ਜਿਹੜੇ ਅਕੈਡਮੀ ਚ ਜਾਂਦੇ ਆ ਖ ਤੁਸੀਂ ਇੱਕ ਰੋਲ ਮਾਡਲ ਹੋ ਉਹਨਾਂ ਨੂੰ ਲੱਗਦਾ ਕਿ ਅਸੀਂ ਗੁਰਵਰ ਵਰਗੇ ਬਣਨਾ ਹੈ ਗੁਰਵਰ ਵੀਰਾ ਸਾਨੂੰ ਸਿਖਾਉਂਦਾ ਹੈ ਕਈ ਬੱਚੇ ਆ ਕੇ ਇਹ ਵੀ ਕਹਿ ਦਿੰਦੇ ਨੇ ਹੈਨਾ ਸੋ ਦੈਟਸ ਵੈਰੀ ਗੁੱਡ ਹੈਟਸ ਆਫ ਟੂ ਯੂ ਕਿ ਤੁਸੀਂ ਕਰ ਰਹੇ ਹੋ ਇਹ ਕੰਮ ਕੁਝ ਸੁਣਾਓ ਜੀ ਸਾਡੇ ਸਰੋਤਿਆਂ ਨੂੰ ਜ਼ਰੂਰ ਲਾਈਵ ਜੀ 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 ਬਹੁਤ ਧੰਨਵਾਦ ਜੀ ਅਸੀਂ ਇਹ ਜਿਹੜਾ ਗਾਣਾ ਰਿਲੀਜ਼ ਕੀਤਾ ਜੀ ਹੁਣ ਰੀਮਿਕਸ ਇਹਦਾ ਕੀਤਾ ਰੰਗ ਇਹਦਾ ਤੁਹਾਨੂੰ ਇੱਕ ਟੱਪਾ ਸੁਣਾਉਣਾ ਹੈ ਜੀ ਇੱਕ ਟੱਪਾ ਤੁਹਾਨੂੰ ਹੋਰ ਇੱਕ ਫੋਕ ਸੌਂਗ ਦਾ ਸੁਣਾਉਣਾ ਹੈ ਬਿਲਕੁਲ ਜੀ ਜ਼ਰੂਰ ਹਾਂ ਜੀ ਦੋਨੋਂ ਰੰਗ ਫਿਰ ਆ ਜਾਣਗੇ ਜੀ ਜੀ ਰੈਡੀ ਗੁਰਵਰ ਯਾ ਤੇਰੀ ਉਡੂ ਡੂ ਕਰਦੀ ਜਵਾਨੀ ਮੋਟਿਆਰੇ ਮੁੰਡੇ ਦੂਰੋਂ ਦੂਰੋਂ ਤੱਕਦੇ ਨੇ ਰੂਪ ਦੇ ਨਜ਼ਾਰੇ ਸੋਹਣੇ ਰੂਪ ਦਾ ਨਜ਼ਾਰਾ ਤੇਰਾ ਨਖਰਾ ਵੀ ਪਹਾਰਾ ਲੌਂਗ ਮਾਰੇ ਲਿਸ਼ਕਾਰਾ ਜਿਵੇਂ ਅੰਬਰਾਂ ਦਾ ਤਾਰਾ ਤੇਰੇ ਲੱਕ ਦਾ ਹੁਲਾਰਾ ਰੰਗ ਰਾਰਾ ਰੀ ਰਾਰਾ ਤੇਰੇ ਪਿੱਛੇ ਤੋਂ دیਵਾਨਾ ਬੋਲੀਵੁੱਡ ਵੀ ਹੈ ਸਾਰਾ ਤੇਰੇ ਲੱਕ ਦਾ ਹੁਲਾਰਾ ਰੰਗ ਰਾਰਾ ਰੀ ਰਾਰਾ ਆ ਵਾਤੇ ਯੂ ਮਾ ਸਾਂਗੇ ਲੋ ਜੀ ਦੂਜਾ ਰੰਗ ਵੀ ਸੁਣ ਲਓ ਬੇ ਬਾਰ ਬਾਰ ਨਹੀਂ ਜਗ ਤੇ ਆਉਣਾ ਸਿੱਖ ਲੈ ਸੱਜਣਾ ਪਿਆਰ ਨਭੋਣਾ ਬਾਰ ਬਾਰ ਨਹੀਂ ਜਗ ਤੇ ਆਉਣਾ ਸਿੱਖ ਲੈ ਸੱਜਣਾ ਪਿਆਰ ਨਭੋਣਾ ਫੇਰ ਕਿਸੇ ਨਹੀਂ ਗੜ ਨਾਲ ਲਾਉਣਾ ਫੇਰ ਕਿਸੇ ਨਹੀਂ ਗੱਲ ਲਾਉਣਾ ਜਦ ਛੱਡ ਗਿਆ ਦਿਲ ਵਰ ਜਾਨੀ ਮੇਲਾ ਦੋ ਘੜੀਆਂ ਓ ਢਾਈ ਦਿਨ ਦੀ ਜ਼ਿੰਦਗਾਨੀ ਮੇਲਾ ਦੋ ਘੜੀਆਂ ਇਹ ਜ਼ਿੰਦਗੀ ਚੀਜ਼ ਬੇਗਾਨੀ ਮੇਲਾ ਦੋ ਘੜੀਆਂ ਢਾਈ ਦਿਨ ਦੀ ਜ਼ਿੰਦਗਾਨੀ ਮੇਲਾ ਦੋ ਘੜੀਆਂ ਇਹ ਨਾਈਸ ਬਿਊਟੀਫੁਲ ਬਿਊਟੀਫੁਲ ਤੁਹਾਡੀ ਦੋਨਾਂ ਦੀ ਆਵਾਜ਼ ਦੇ ਵਿੱਚ ਜਿੱਦਾਂ ਮੈਂ ਸਟਾਰਟਿੰਗ 'ਚ ਕਿਹਾ ਸੀ ਨਾ ਇੱਕ ਕਸ਼ਿਸ਼ ਹੈ ਕਿ ਉਹ ਖਿੱਚਦੀ ਹੈ ਆਪਣੇ ਵੱਲ ਤੇ ਲੱਗਦਾ ਹੈ ਕਿ ਹਾਂ ਇਹ ਬੰਦਾ ਜਿਹੜਾ ਹੈ ਨਾ ਰੂਹ ਦੇ ਨਾਲ गा ਰਿਹਾ ਆਈ ਥਿੰਕ ਗੁਰਵਰ ਤੁਹਾਡੇ ਵਿੱਚ ਵੀ ਉਹੀ ਚੀਜ਼ ਜਿਹੜੀ ਹੈ ਉਹ ਤੁਹਾਡੇ ਡੈਡ ਨੇ ਪਾਈ ਹੈ ਅੱਛਾ ਇੱਕ ਗੱਲ ਦੱਸਿਓ ਸੱਚੋ ਸੱਚੀ ਜਦੋਂ ਘਰ ਦੇ ਵਿੱਚ ਜਦੋਂ ਇਹ ਮਾਹੌਲ ਬਣ ਜਾਂਦਾ ਹੈ ਗਾਣ ਦਾ 노 ਡਾਊਟ ਬਣ ਜਾਂਦਾ ਹੋਣਾ ਹੈ ਨਾ ਇੱਕ ਪਾਸੇ ਗੁਰਵਰ ਇੱਕ ਪਾਸੇ ਸਰਬਜੀਤ ਜੀ ਮਾ ਇੱਕ ਪਾਸੇ ਸੁਖਮਨ ਵੀ ਤੁਹਾਨੂੰ ਜੁਆਇਨ ਕਰ ਲੈਂਦਾ ਤੇ ਕਦੇ ਫਿਰ ਭੈਣ ਜੀ ਨੇ ਕਿਹਾ ਨਹੀਂ ਵੀ ਤੁਸੀਂ ਇਹਨੂੰ ਘਰ ਨੂੰ ਹੀ ਅਖਾੜਾ ਬ ਈ ਮੈਂ ਤੁਹਾਨੂੰ ਦੱਸਦਾ ਦੀ ਪਹਿਲਾਂ ਪਹਿਲਾਂ ਨਾ ਜਦੋਂ ਮੈਂ ਸ਼ੁਰੂ ਕੀਤਾ ਸੀਗਾ ਜੀ ਉਦੋਂ ਖੁਦ ਮੈਨੂੰ ਵੀ ਲੱਗਦਾ ਸੀ ਅੱਛਾ ਹਾਂਜੀ ਪਹਿਲਾਂ ਮੈਨੂੰ ਜਿਆਦਾ ਕੋਲਜ ਟਾਈਮ ਅਸੀਂ ਇੱਕ ਰੂਪ ਲਾਲ ਮਕਬੂਲ 250 ਸਿੰਗਰ ਹੈ ਉਹਨਾਂ ਦੇ ਮਗਰ ਮੈਂ ਚੋਰੀ ਫੜ ਕੇ ਮਾਈਕ ਲੋਕ ਕੇ ਵੀ ਕੋਰਸ ਬੋਲਦਾ ਰਿਹਾ ਜੀ ਹਾਂ ਧਲਣ ਨੂੰ ਟਾਈਮ ਲੱਗਦਾ ਜੀ ਠੀਕ ਹੁਣ ਅਸੀਂ ਮੈਂ ਤੇ ਇਹ ਮੇਰੇ ਬੱਚੇ ਤੇ ਖਾਸ ਕਰਕੇ ਕਮਲਜੀਤ ਸਾਡੇ ਪੇਰੈਂਟਸ ਅਸੀਂ ਇਸ ਹੱਦ ਤੱਕ ਢਲ ਗਏ ਆ ਵੀ ਸਾਨੂੰ ਇਹ ਸਭ ਕੁਝ ਆਪਣਾ ਇੱਕ ਰੂਹ ਦੀ ਖਰਾਕ ਤੇ ਆਪਣੀ ਜਿਵੇਂ ਜਾਨ ਨਹੀਂ ਵੀ ਕਿਸੇ ਚੀਜ਼ ਨੂੰ ਅਸੀਂ ਪਿਆਰ ਕਰਦੇ ਆ ਉਹ ਕਲਾ ਨੂੰ ਹੁਣ ਅਸੀਂ ਇਸ ਹੱਦ ਤੱਕ ਕਮਲਜੀਤ ਵੀ ਇਸ ਤਰ੍ਹਾਂ ਮੇਰੀ ਵਾਈਫ ਇਹਨਾਂ ਦੇ ਮਦਰ ਉਹ ਵੀ ਇਦਾਂ ਇਨਵੋਲਵ ਹੋ ਗਏ ਮੈਨੂੰ ਲੱਗਦਾ ਵੀ ਸਾਡੇ ਨਾਲੋਂ ਵੱਧ ਫਿਕਰ ਤੇ ਚਿੰਤਾ ਉਹ ਉਹ ਕਰਦੇ ਆ ਵੈਰੀ ਗੁੱਡ ਵੈਰੀ ਗੁੱਡ ਔਰ ਮੈਨੂੰ ਲੱਗਦਾ ਉਹਨਾਂ ਦੀ ਬਹੁਤ ਕੰਟਰੀਬਿਊਸ਼ਨ ਹੈ ਜਿਦਾ ਤੁਸੀਂ ਦੱਸਿਆ ਕਿ ਤੁਸੀਂ ਤਾਂ ਇੰਡੀਆ ਵੀ ਰਹੇ ਪਰ ਉਹਨਾਂ ਦਾ ਜਿਹੜਾ ਰੋਲ ਹੈ ਇੱਕ ਮਾਂ ਦਾ ਰੋਲ ਹੈ ਆਈ ਕੈਨ ਟੋਟਲੀ ਅੰਡਰਸਟੈਂਡ ਕਿ ਕਿਸ ਤਰ੍ਹਾਂ ਡੈਡੀਕੇਸ਼ਨ ਦੇ ਨਾਲ ਸਾਰਾ ਕੁਝ ਉਹਨਾਂ ਨੇ ਕੀਤਾ ਔਰ ਇਹਨਾਂ ਬੱਚਿਆਂ ਨੂੰ ਦੇਖ ਕੇ ਅੱਜ ਲੱਗਦਾ ਹੈ ਕਿ ਉਹਨਾਂ ਦੀ ਪਰਵਰਿਸ਼ ਜਿਹੜੀ ਹੈ ਸਲਾਮ ਹੈ ਉਸ ਚੀਜ਼ ਨੂੰ ਥੈਂਕ ਯੂ ਜੀ ਥੈਂਕ ਯੂ ਅਰ ਨੋ ਸਾਡੇ ਵੱਲੋਂ ਕਮਲਜੀਤ ਜੀ ਦੇ ਤੁਸੀਂ ਸੁਣ ਰਹੇ ਹੋ ਬਹੁਤ ਬਹੁਤ ਤੁਹਾਨੂੰ ਮੁਬਾਰਕਬਾਦ ਕਿ ਤੁਸੀਂ ਇਸ ਤਰ੍ਹਾਂ ਦੇ ਬੱਚੇ ਰੇਜ਼ ਕੀਤੇ ਆ ਜਿਹੜੇ ਕਮਿਊਨਿਟੀ ਦੇ ਵਾਸਤੇ ਅੱਜ ਇੱਕ ਮਿਸਾਲ ਨੇ ਜਿਹੜੇ ਇੱਕ ਇੰਨਾ ਵਧੀਆ ਕੰਮ ਕਰ ਰਹੇ ਨੇ ਜਿੱਥੇ ਉਹ ਆਪਣੇ ਬਾਪ ਦੀਆਂ ਪੈੜਾਂ ਤੇ ਚੱਲ ਰਹੇ ਨੇ ਉੱਥੇ ਬੱਚਿਆਂ ਨੂੰ ਵੀ ਅੱਗੇ ਆਪਣੀਆਂ ਪੈੜਾਂ ਤੇ ਬੱਚੇ ਚੱਲਣ ਲਈ ਤਿਆਰ ਨੇ ਛੋਟੇ ਛੋਟੇ ਬੱਚੇ ਉਸ ਅਕੈਡਮੀ ਦੇ ਵਿੱਚ ਜਾਂ ਜਿਹੜੇ ਗੁਰਵਰ ਨੂੰ ਵੇਖਦੇ ਨੇ ਜਿਹੜੇ ਸੁਣਦੇ ਨੇ ਉਹਨਾਂ ਨੂੰ ਲੱਗਦਾ ਕਿ ਅਸੀਂ ਗੁਰਵਰ ਵਰਗੇ ਬਣਨਾ ਹੈ ਐਂਡ ਦੈਟਸ ਵੈਰੀ ਵੈਰੀ ਗੁੱਡ ਥਿੰਗ ਹੈਟਸ ਆਫਟ ਟੂ ਯੂ ਨਵਾ ਕੀ ਆ ਰਿਹਾ ਜੀ ਹੁਣ ਕੀ ਅਸੀਂ ਐਕਸਪੈਕਟ ਕਰ ਸਕਦੇ ਆ ਨਵਾ ਅ ਨਵਾ ਸਭ ਤੋਂ ਪਹਿਲਾਂ ਤਾਂ ਜੀ ਇਹਨਾਂ ਦੇ ਹੁਣ ਹੋਰ ਗੁਰਵਰ ਦੇ ਸੋਲੋ ਕੱਲੇ ਦੇ ਜਿਹੜੇ ਗੀਤਾ ਜੀ ਇਹਦੇ ਕੱਲੇ ਟਰੈਕਸ ਉਹਨਾਂ ਤੇ ਵੀ ਕੰਮ ਚੱਲ ਰਿਹਾ ਤੇ ਇਹਦੇ ਮਗਰ ਹੁਣ ਸੁਖਮਨ ਦਾ ਵੀ ਉਹ ਸ਼ੁਰੂ ਕੀਤਾ ਜੀ ਇਹਨਾਂ ਦੋਨਾਂ ਦਾ ਵੀ ਜਿਹੜਾ ਡੂ ਇਟ ਹੈ ਜੀ ਹਰ ਵੀ ਸਰੋਤਿਆਂ ਨੂੰ ਸੁਣਨ ਨੂੰ ਮਿਲੇਗਾ ਜੀ ਤੇ ਮੇਰਾ ਵੀ ਨਾਲ ਦੀ ਨਾਲ ਚੱਲੀ ਜਾਂਦਾ ਭਗਵਾਨ ਰੱਬ ਕਰੇ ਅਸੀਂ ਤਿੰਨੇ ਵੀ ਸੋਚਦੇ ਆ ਜੀ ਉਸ ਦਾ ਬਿਲਕੁਲ ਇੰਤਜ਼ਾਰ ਰਹੇਗਾ ਕਿ ਤਿੰਨੋਂ ਤੁਸੀਂ ਹੋਵੋ ਇੱਕ ਗੀਤ ਦੇ ਵਿੱਚ ਜੀ 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 ਸੋਚਦੇ ਆ ਜੀ ਅਸੀਂ ਉਹ ਵੀ ਤੇ ਮੇਰਾ ਆਪਣੇ ਜਿਹੜੇ ਮੇਰੇ ਗੀਤ ਹੈਗੇ ਜੀ ਉਹਨਾਂ ਤੇ ਵੀ ਦੋ ਤਿੰਨ ਗੀਤ ਰੈਡੀ ਨੇ ਉਹ ਅਸੀਂ ਹੁਣ ਆ ਗੀਤ ਸਾਡੇ ਲਈ ਬਹੁਤ ਵੱਡਾ ਸੀ ਤੇ ਇਹਦਾ ਅਸੀਂ ਮਤਲਬ ਇੱਧਰ ਸਾਰਾ ਤਾਨ ਲੱਗਿਆ ਹੋਇਆ ਸਿਕਾ ਤੇ ਮੇਰਾ ਇੱਕ ਸ਼ਿੰਦੇ ਭਾਜੀ ਨਾਲ ਹੁਣ ਡੂਇਟ ਹੈ ਜੀ ਸੁਰਿੰਦਰ ਸ਼ਿੰਦਾ ਜੀ ਨਾ ਠੀਕ ਹੈ ਜੀ ਉਹ ਵੀ ਡੂਇਟ ਤੁਹਾਨੂੰ ਜਲਦੀ ਸੁਣਨ ਨੂੰ ਮਿਲੇਗਾ ਜੀ ਇੱਕ ਦੋ ਹੋਰ ਸੋਲੋ ਟਰੈਕਸ ਸਕੇ ਔਰ ਐਲਬਮ ਦੇ ਉੱਤੇ ਮੈਂ ਕੰਮ ਕਰ ਰਿਹਾ ਜੀ ਫੋਕ ਸੌਂਗਸ ਦੇ ਉੱਪਰ ਉਹ ਇੱਕ ਫੋਕ ਸੌਂਗਸ ਦੀ ਹੋਰ ਐਲਬਮ ਤੁਹਾਨੂੰ ਜਲਦੀ ਦੋ ਚਾਰ ਮਹੀਨੇ ਵਿੱਚ ਦੇਖਣ ਨੂੰ ਠੀਕ ਹੈ ਤੇ ਭਾਜੀ ਕੋਈ ਮੂਵੀ ਦਾ ਪਲਾਨ ਵੀ ਹੈਗਾ ਫਿਊਚਰ ਦੇ ਵਿੱਚ ਆ ਬਿਲਕੁਲ ਜੀ ਇੱਕ ਮੂਵੀ ਤੇ ਹੁਣ ਰੈਡੀ ਹੋਈ ਪਈ ਆ ਕੋਵਰਡ ਤੋਂ ਪਹਿਲਾਂ ਦੀ ਜੀ ਅਮਨਤੋਜ ਮਾਨ ਜੀ ਨੇ ਬਣਾਈ ਸੀਗੀ ਜ ਉਹ ਜੰਪਾਂਜੀ ਬੱਬੂ ਮਾਨ ਤੇ ਅਸੀਂ ਦੋਨੋਂ ਆ ਜੀ ਹੋਰ ਬੜੇ ਅੱਛੇ ਆਰਟਿਸਟ ਹੈਗੇ ਆ ਉਹ ਤਾਂ ਰੈਡੀ ਪਈ ਆ ਹੁਣ ਕੋਵਿਡ ਦਾ ਟਾਈਮ ਥੋੜਾ ਦਿਖ ਰਿਹਾ ਜੀ ਖੋਲ ਜੇ ਤੇ ਰਿਲੀਜ਼ ਕਰਾਂਗੇ ਇੱਕ ਮੂਵੀ ਹੁਣ ਬਹੁਤ ਜਲਦੀ ਇੱਥੇ ਸ਼ੂਟ ਹੋਣ ਲੱਗੀ ਆ ਜੀ ਉਹਦਾ ਟਾਈਟਲ ਹਲੇ ਮੈਨੂੰ ਵੀ ਨਹੀਂ ਪਤਾ ਪਰ ਬਹੁਤ ਸਾਰੇ ਲੋਕ ਦੱਸਦੇ ਨੇ ਕਿ ਉਹਦੇ ਵਿੱਚ ਮੇਰਾ ਅੱਛਾ ਰੋਲ ਹੈ ਤੇ ਉਹ ਵੀ ਹੁਣ ਮੇਰੇ ਖਿਆਲ ਬਹੁਤ ਜਲਦੀ ਉਹਦੀ ਸ਼ੂਟਿੰਗ ਇੱਥੇ ਸ਼ੁਰੂ ਹੋ ਜਾਏਗੀ। ਅੱਛਾ ਇੱਕ ਭਾਜੀ ਪਰਸਨਲ ਕੁਐਸਚਨ ਹੈ ਹੁਣ ਤੁਹਾਡੀਆਂ ਵੀਡੀਓਜ਼ ਨਾ ਬੜੇ ਲੋਕ ਦੇਖਦੇ ਰਹਿੰਦੇ ਆ Snapchat ਦੇ ਉੱਤੇ ਵੀ ਤੇ ਤੁਸੀਂ ਜਿਹੜੀਆਂ ਜੇੁੰਦੀਆਂ ਵੀਡੀਓਜ਼ ਐ ਜਾਂ ਹੋਰ ਐ ਔਰ ਇਸ ਗਾਣੇ ਦੇ ਵਿੱਚ ਜਿੰਨੇ ਲੋਕਾਂ ਨੇ ਵੀ ਵੇਖਿਆ ਉਹਨਾਂ ਦਾ ਇਹ ਕਹਿਣਾ ਸੀ ਵੀ ਇਹ ਨਾ ਦੋਨੋਂ ਪਾਪ ਬੇਟਾ ਤਾਂ ਲੱਗਦੇ ਨਹੀਂ ਕਿਸੇ ਪਾਸਿਓਂ ਇਹਦਾ ਭਰਾ ਹੀ ਲੱਗਦੇ ਨੇ। ਸੋ ਇਸ ਫਿਟਨੈਸ ਦਾ ਰਾਜ਼ ਕੀ ਹੈ ਇਹਦੇ ਪਿੱਛੇ ਵੀ ਕਮਲਜੀਤ ਹੋਰਾਂ ਦੀ ਕੋਈ ਹੇਗਾ ਸੀਕ੍ਰੀਟ ਕਿ ਤੁਹਾਡੀ ਆਪਣੀ ਮਿਹਨਤ ਹੈ। ਦੇਖੋ ਜੀ ਇਹਦੇ ਵਿੱਚ ਸਭ ਗੱਲਾਂ ਰਲ ਕੇ ਨੇ ਜੀ। ਦੇਖੋ سپورਟ ਤੇ ਹੈਗੀ ਆ ਜੀ। ਮੈਂ ਪਹਿਲਾਂ ਵੀ ਪਰਿਵਾਰ ਦੀ سپورਟ ਤੇ ਹੁੰਦੀ ਆ ਜੀ। ਇਹ ਵੀ ਮੈਨੂੰ ਜਦੋਂ ਥੋੜਾ ਜਿਹਾ ਵੀ ਮੈਂ ਹੋ ਜਾਂਦਾ ਇਹ ਵੀ ਮੈਨੂੰ ਟੋਕਾ ਟੋਕੀ ਕਰਦੇ ਆ ਤੇ ਮੈਂ ਆਪ ਵੀ ਸਪੋਰਟਸ ਕੀਤੀ ਕਰਕੇ ਤਾਂ ਮੇਰਾ ਆਪਣਾ ਵੀ ਮੈਨੂੰ ਜਦੋਂ ਥੋੜਾ ਜਿਹਾ ਮੈਂ ਓਵਰ ਹੋ ਜਾਂਦਾ ਮੈਨੂੰ ਫਿਰ ਆਪਣੇ ਆਪ ਨੂੰ ਭੜਾ ਲੱਗਣ ਲੱਗ ਪੈਂਦਾ ਤੇ ਮੈਂ ਕੋਸ਼ਿਸ਼ ਕਰਦਾ ਜੀ ਡਾਈਟ ਦੀ ਵੀ ਤੇ ਜਿਮਿੰਗ ਦੀ ਵੀ ਕਰਦਾ ਵੀ ਬਣਿਆ ਰਵੇ ਜੀ। ਤੇ ਉਹਦੇ ਵਿੱਚ ਤੁਸੀਂ ਹੁਣ ਕੰਪਲੀਮੈਂਟ ਜਿਹੜਾ ਦਿੱਤਾ ਮੇਰੇ ਲਈ ਇਹ ਬਹੁਤ ਵੱਡਾ ਆ। ਹੋਰ ਬਹੁਤ ਲੋਕ ਤੇ ਮੈਂ ਕਹਿੰਦਾ ਕਿ ਪਰਿਵਾਰ ਦੀ سپورਟ ਤੇ ਹੁੰਦੀ ਆ ਮੈਂ ਖੁਦ ਵੀ ਧਿਆਨ ਰੱਖਦਾ ਤੇ ਸਭ ਤੋਂ ਜਿਹੜੀ ਵੱਡੀ ਕਿਰਪਾ ਆ ਜੀ ਉਹ ਬਾਬਾ ਜੀ ਦੀ ਆ ਮਾਲਕ ਦੀ ਜੀ ਹਨਾ ਜੀ ਹਾਂ ਜੀ ਹਾਂ ਜੀ ਗੁਰਵਰ ਜਦੋਂ ਇਸ ਗਾਣੇ ਦੇ ਵਿੱਚ ਦੇਖੀਦਾ ਨਾ ਤੁਹਾਨੂੰ ਤੇ ਡੈਡ ਨੂੰ ਡਾਂਸ ਕਰਦੇ ਆ ਹਨਾ ਉਦੋਂ ਡੈਡ ਜ਼ਿਆਦਾ ਨੰਬਰ ਲੈ ਜਾਂਦੇ ਆ ਤੁਹਾਡੇ ਤੋਂ ਨਾ ਪਰੋਂ ਕਿਉਂਕਿ ਜਿਹੜੀ એનર્ਜੀ ਇਹਨਾਂ ਦੇ ਵਿੱਚ ਆ ਪੰਗੜੇ ਦੇ ਵਿੱਚ ਔਰ ਖਾਸੀਅਤ ਇਹਨਾਂ ਦੀ ਇਹ ਵੀ ਰਹੀ ਹੈ ਜਿੰਨੇ ਵੀ ਇਹਨਾਂ ਨੇ ਹਜੇ ਤੱਕ ਸਟੇਜ ਪਰਫਾਰਮੈਂਸ ਦਿੱਤੀਆਂ ਗਾਉਣਾ ਤੇ ਨੱਚਣਾ ਦੋਨੋਂ ਚੀਜ਼ਾਂ ਇਕੱਠੀਆਂ ਕਰਨੀਆਂ ਸੌਕੀਆਂ but oh inna ne keetiyan so tade vich vi hegi ae oh cheez well hopefully mai try karunga ke jinna dad na match kar saka um but jo me to heddi hai mai chahuna oh heddi rehna yeah ki very mai ohna nu follow kar sakunga yeah acha dad di koi aisi cheez hai jehdi toanu nahi pasand this again no ke dad ah aa cheez mai know osan the dad di mai i don't think so अच्छा गुरवर एक ਗੱਲ ਦੱਸੋ ਜੇ ਤੁਸੀਂ ਸਰਬਜੀਤ ਚੀਮਾ ਦੇ ਬੇਟੇ ਨਾ ਹੁੰਦੇ ਜੇ ਤੁਸੀਂ ਇੱਕ ਸਿੰਗਰ ਦੇ ਬੇਟੇ ਨਾ ਹੁੰਦੇ ਫੇਰ ਕਿਸ ਪ੍ਰੋਫੈਸ਼ਨ ਦੇ ਵਿੱਚ ਜਾਂਦੇ ਅਮ ਫੇਰ ਸ਼ਾਇਦ ਨਾ ਜੇ ਗੁਰਵਰ ਸਿੰਗਰ ਐਕਟਰ ਨਾ ਹੁੰਦਾ ਤਾਂ ਗੁਰਵਰ ਕੀ ਹੁੰਦਾ ਫਿਰ ਮੈਂ ਕੁਝ ਆਪਣੀ ਸਟੱਡੀਜ਼ ਨੂੰ ਫੋਲੋ ਕਰਦਾ ਜੀ ਜਿਹੜੀ ਲਾਈਨ ਦੇ ਵਿੱਚ ਮੈਂ ਸਟੱਡੀ ਕਰ ਰਿਹਾ ਸੀਗਾ ਉਹਦਾ ਦੇਖਦਾ ਕਿ ਕਾ ਕੀ ਸਕੋਪ ਆ ਬਟ ਹੁਣ ਇਸ ਟਾਈਮ ਹਾਰ ਟੂ ਸੇ ਆੱਖਾ ਕੁਐਸਚਨ ਹੈ ਹਾਂ ਜੀ ਹਾਂ ਜੀ ਠੀਕ ਹੈ ਭਾਜੀ ਕੀ ਸੁਨੇਹਾ ਦੇਣਾ ਚਾਹੋਗੇ ਜਾਂਦੇ ਜਾਂਦੇ ਸਨੇਹਾ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਯਸਮਨ ਜੀ ਤੁਹਾਡਾ ਕੁਲਵਿੰਦਰ ਭਾਜੀ ਹੋਰਾਂ ਦਾ ਗੁਰਵਿੰਦਰ ਹੋਣਾ ਦਾ ਬਲਜਿੰਦਰ ਹੋਣਾ ਦਾ ਹਟਵਾਲ ਭਾਜੀ ਹੋਣਾ ਦਾ ਥਿੰਦ ਸਾਹ ਦਾ ਸਾਰੀ ਟੀਮ ਦਾ ਜੀ ਤੁਸੀਂ ਬਹੁਤ ਪਿਆਰ ਦਿੰਦੇ ਹੋ ਜੀ ਮੈਨੂੰ ਸਦਾ ਹੀ ਹਮੇਸ਼ਾ ਹੀ ਤੇ ਬਹੁਤ ਬਹੁਤ ਧੰਨਵਾਦ ਤੇ ਮੈਂ ਅਸੀਂ ਜਿਹਦੇ ਲਈ ਆਏ ਆ ਜੀ ਜਿਸ ਚੀਜ਼ ਲਈ ਅਸੀਂ ਗਾਣੇ ਦੀ ਆਪਣੀ ਪ੍ਰਮੋਸ਼ਨ ਲਈ ਆਏ ਆ ਔਰ ਬੇਟੇ ਨੇ ਗਾਇਆ ਅਸੀਂ ਕੋਸ਼ਿਸ਼ ਕੀਤੀ ਹੈ ਜੀ ਗਲਤੀਆਂ ਸਾਡੇ ਵਿੱਚ ਵੀ ਹਲੇ ਬਹੁਤ ਆ ਇਹਦੇ ਵਿੱਚ ਵੀ ਹੋਣਗੀਆਂ ਔਰ ਅਸੀਂ ਕੋਸ਼ਿਸ਼ ਕੀਤੀ ਹੈ ਜਿਹੜੀ ਪ੍ਰਵਾਨ ਵੀ ਚੜਦੀ ਹੈ ਤੇ ਸਭ ਨੂੰ ਮੈਂ ਅਪੀਲ ਬੇਨਤੀ ਕਰੂੰਗਾ ਕਿ ਤੁਸੀਂ ਜਿੱਦਾਂ ਮੈਨੂੰ ਪਿਆਰ ਦਿੱਤਾ ਇਸੇ ਤਰ੍ਹਾਂ ਗੁਰਬਰ ਨੂੰ ਵੀ ਪਿਆਰ ਦਿਓ ਔਰ ਮਿਹਨਤ ਕਰਨੀ ਰਿਆਜ਼ ਕਰਨਾ ਸਾਡਾ ਤੇ ਇਹਨਾਂ ਦਾ ਫਰਜ਼ ਆ ਇਹ ਕਰਨਗੇ ਤੁਸੀਂ ਇਹਨਾਂ ਨੂੰ ਜਿੱਦਾਂ ਮੈਨੂੰ ਪਿਆਰ ਦਿੱਤਾ ਉਸੇ ਤਰ੍ਹਾਂ ਇਹਨਾਂ ਨੂੰ ਗੁਰਬਖਸ਼ ਸੁਖਮਨ ਨੂੰ ਪਿਆਰ ਦਿਓ ਵੈਰੀ ਗੁੱਡ ਐਨੀਥਿੰਗ ਇਨ ਕਲੋਜ਼ਿੰਗ ਗੁਰਬਖਸ਼ ਉਹ ਬਸ ਇਸ ਪ੍ਰੋਜੈਕਟ ਨੂੰ ਬਹੁਤ ਪਿਆਰ ਮਿਲਿਆ ਲੋਕਾਂ ਨੇ ਸਪੋਰਟ ਦਿਖਾਈ ਸੋ ਫਿਊਚਰ ਦੇ ਵਿੱਚ ਮੈਂ ਹੋਪ ਕਰੂੰਗਾ ਕਿ ਆਪਣਾ ਬੈਸਟ ਲੈ ਕੇ ਆਵਾਂ ਤਾਂ ਕਿ ਇਸ ਆਡੀਅנס ਨੂੰ ਵਧੀਆ ਲੱਗੇ ਤੇ ਉਹ ਐਡੀ ਸਪੋਰਟ ਕਰਦੇ ਰਹਿਣ ਔਰ ਗੁਰਵਰ ਮੈਨੂੰ ਮੈਨੂੰ ਨਹੀਂ ਸੁਣਨ ਸਾਰੇ ਸੁਣਨ ਵਾਲਿਆਂ ਨੂੰ ਇਹ ਯਕੀਨ ਹੈ ਕਿ ਤੁਸੀਂ ਬੈਸਟ ਹੀ ਲੈ ਕੇ ਆਓਗੇ ਇਹ ਹੋ ਹੀ ਨਹੀਂ ਸਕਦਾ ਕਿ ਗੁਰਵਰ ਜਿਹੜਾ ਬੈਸਟ ਨਾ ਕਰੇ ਕਿਉਂਕਿ ਜਿੰਨਾ ਤੁਸੀਂ ਹੁਣ ਤੱਕ ਦਿਖਾਤੀ ਹੈ ਆਪਣੀ ਕਾਬਲੀਅਤ ਉਹਦੇ ਨਾਲੋਂ ਜ਼ਿਆਦਾ ਹੀ ਚਮਕੇਗੀ ਔਰ ਸਾਡੀਆਂ ਜਿਹੜੀਆਂ ਬੈਸਟ ਵਿਸ਼ੇਸ ਨੇ ਉਹ ਹਮੇਸ਼ਾ ਤੁਹਾਡੇ ਨਾਲ